ਜਵਾਕ ਨੂੰ ਘਰੇ ਆਉਣਗੇ, ਜਵਾਕ ਨੂੰ ਉੱਥੇ ਵਗ ਜਾਣਗੇ। ਉਹੀ ਗੱਲ, ਹਰ ਵਕਤ ਇੱਕ ਗੱਲ ਇੱਕ ਗੱਲ, ਸਾਰਾ ਕੁਛ ਬੱਚਿਆਂ ਦਾ ਹੀ ਆ। ਪਰ ਬੱਚਿਆਂ ਦੇ ਬੱਚੇ ਘਰੇ ਆਉਣਗੇ, ਉਹ ਕੋਈ ਖੜਾ ਛੱਡਦੇ, ਤੈਨੂੰ ਕੀ ਪਤਾ? ਤੈਨੂੰ ਕੀ ਦੱਸਾਂ ਕੀ ਨਾ ਦੱਸਾਂ, ਉਹਦਾ ਬੱਟ ਖਾਣੇ ਵਰਗੇ ਉਹ ਨੀ ਖੜਾ ਛੱਡਦੇ। ਲਿਆਉਂਦਾ ਮੈਂ ਵੀ ਘਰੇ ਜਾਣ ਦਾ, ਘਰੇ ਜਾਣਾਗਾ। ਹੁਣ ਤੇਰਾ ਘਰੇ ਵੀ ਨੀ ਜੀ ਲੱਗਦਾ, ਜਵਾਕ ਰਹੀ ਹੈ। ਚੱਲ ਕੋਈ ਗੱਲ ਨੀ ਭਾਈ, ਤੂੰ ਵੀ ਮੈਨੂੰ ਤੰਗ ਕਰਨ ਲੱਗ ਗਈ। ਕਰ ਲਾ ਜਿੰਨਾ ਕਰਨਾ ਕਰ ਲਾ, ਜਿੰਨਾ ਦੇ ਤੂੰ ਹੁੰਦਾ ਨਾ ਕਰ ਲਾ। ਕਿੱਥੇ ਤੰਗ ਕਰਦੀ ਆ ਮੈਂ? ਤੂੰ ਤੰਗ ਹੀ ਆ, ਤੈਨੂੰ ਪਤਾ ਮੈਂ ਤਾਂ ਪਹਿਲੀ ਬਹੁਤ ਔਖਾ ਗਾ, ਉਤੋਂ ਹੁਣ ਤੂੰ ਨੀ ਹਟਦੀ। ਤੂੰ ਐਂ ਦੱਸ, ਮੈਂ ਮੰਨੀ ਗੱਲ ਆ ਵੀ ਚੱਲ, ਕਹਿੰਦੇ ਹੁੰਦੇ ਮਾਂ ਨੂੰ ਜ਼ਿਆਦਾ ਹੁੰਦਾ ਜਵਾਕਾਂ ਦਾ, ਤੇ ਮੈਨੂੰ ਨੀ ਗਾ ਕਿ ਮੇਰੇ ਛਿੱਟੇ ਪਏ ਆ ਉਹ। ਮੈਂ ਤਾਂ ਉਹਨੂੰ ਕਹਿਤਾ ਸੀ ਵੀ ਮੇਰਾ ਦਿਲ ਨਹੀਂ ਲੱਗਦਾ, ਤੁਸੀਂ ਤਾਂ ਉੱਪਰ ਦੀ ਉੱਪਰ ਗੱਲ ਵਧਾ ਕੇ ਰੱਖ ਲਈ। ਕਾਹਨੂੰ ਵਧਾ ਕੇ ਆਖੀ ਆ? ਆਹੀ ਗੱਲ ਤੇਰੇ ਤੇ ਮੇਰੇ 'ਚ ਫਰਕ ਹੁੰਦਾ ਗਾ। ਮੈਂ ਤੈਨੂੰ ਕੀ ਦੱਸਾਂ, ਜਵਾਕ ਤਾਂ ਮੇਰਾ ਵੀ ਚਿੱਤ ਕਰਦਾ। ਮੇਰੇ ਕੋਲ ਫੋਨ ਵੀ ਆ ਗਿਆ ਡਾਕਟਰ ਦਾ, ਹੁਣ ਤੁਸੀਂ ਲਿਜਾ ਸਕਦੇ ਹੋ, ਪਰ ਮੈਂ ਤੈਨੂੰ ਦੱਸੀ ਨਹੀਂ ਗੱਲ ਜਾਣ ਕੇ। ਜੇ ਤੈਨੂੰ ਦੱਸਤਾ ਤਾਂ ਉਹਦੀ ਕਹਿ ਕੇ ਘਰੇ ਲਿਆ। ਮੈਨੂੰ ਪਤਾ ਨਾ ਵੀ ਮਾਹੌਲ ਹਜੇ ਠੀਕ ਨੀ ਗਾ। ਉਹ ਕੁਛ ਨੀ, ਮੈਂ ਤਾਂ ਤਾਰਾਂ ਹੀ ਦੇਖਦਾ ਸੀਗਾ। ਮੈਂ ਕਿਹਾ ਗਲਾਸ ਜਾ ਇੱਥੇ ਪਟਾਉਣ ਆ, ਉਹਦੇ ਤਾਂ ਅਸੀਂ ਲਾਇਆ ਪਿਆ, ਉੱਥੇ ਮੁੜ ਕੇ ਪੱਟਿਆ ਨੀ ਕਿਸੇ ਨੇ। ਉਹ ਤਾਂ ਕੁਛ ਨੀ, ਇਕੱਲੇ ਬੋਲਣ ਦੀ ਆਦਤ ਤਾਂ ਨੀ ਪੈ ਗਈ ਕਿਤੇ? ਉਹ ਆਦਤ ਨਹੀਂ, ਮੈਂ ਤੈਨੂੰ ਐਂ ਕਹਿਣਾ ਤੂੰ ਜਮਾਂ ਸਿੱਟਾਂ। ਮੈਨੂੰ ਕੀ ਹੋਣਾ ਹੁਣ, ਮੈਂ ਠੀਕ ਹਾਂ। ਸ਼ੁਕਰ ਹੈ ਭਗਵਾਨ ਦਾ ਤੂੰ ਠੀਕ ਆ, ਸਾਰਾ ਕੁਛ ਹੀ ਠੀਕ ਹੈ। ਰਹੀ ਗੱਲ ਜਵਾਕਾਂ ਦੀ, ਕੋਈ ਗੱਲ ਨਹੀਂ, ਕਹਿ ਦਿੰਦੇ ਆ ਹਰ ਇੱਕ ਚੀਜ਼ ਦਾ ਸਮਾਂ ਹੁੰਦਾ, ਇੱਕ ਚੀਜ਼ ਦਾ ਟਾਈਮ ਹੁੰਦਾ, ਉਹ ਵੀ ਟਾਈਮ ਨਾਲ ਘਰੇ ਆ ਜਾਣਗੇ। ਸੱਚ ਅੱਜ ਮੁਲਾਜ਼ਮ ਦੂਜਾ ਆਇਆ ਨੀਗਾ? ਹਜੇ ਆਇਆ ਨੀ, 9 ਤਾਂ ਵੱਜ ਗਏ। ਤਾਂ ਕਹਿਣਾ 9 ਵੱਜ ਗਏ, ਉਹ ਤਾਂ 5-10 ਮਿੰਟ ਪਹਿਲੇ ਆ ਜਾਂਦਾ। ਸਤਿ ਸ਼੍ਰੀ ਅਕਾਲ ਸਰਪੰਚ ਸਾਹਿਬ, ਸਤਿ ਸ਼੍ਰੀ ਅਕਾਲ ਮੈਡਮ। ਸਤਿ ਸ਼੍ਰੀ ਅਕਾਲ, ਇਹ ਪਤਾ ਕੌਣ ਆ? ਨਾ ਮੈਂ ਨਹੀਂ ਜਾਂਦਾ। ਇਹ ਮੁੱਕਾ ਰਾਮ ਜੀ ਆ। ਪੁੱਛੋ ਨਾ, ਜੇ ਕਿਤੇ ਘੰਟਾ ਵੀ ਕੋਲ ਬਹਿ ਕੇ ਢਿੱਡ ਦੁਖਾਣ ਲੱਗ ਜੂ, ਮੁੜ ਕੇ ਨਾ ਡਾਕਟਰ ਦੇ ਦਵਾਈ ਲਿਆਉਣੀ ਪਊਗੀ। ਬਹਿ ਜਾਓ ਸਰ, ਬਹਿ ਜਾਓ। ਹਾਂ ਬੈਠੇ ਜੀ, ਬਸ ਖੜੇ ਆ, ਡਿਊਟੀ ਲਾਉਣਾ ਬਾਹਰ ਮੈਂ ਫਿਰ। ਚਲੋ ਕੋਈ ਗੱਲ ਨਹੀਂ, ਚਾਹ ਪਾਣੀ ਭੇਜ ਦਿੰਦੇ ਆ ਤੇ ਚਾਹ ਪੀ ਲਈ। ਚੰਗਾ ਠੀਕ ਹੈ ਜੀ। ਹਾਂ ਹਾਂ ਚਲੋ ਜੀ, ਮੈਂ ਖੜਾ ਮਾਰ ਗਈ। ਠੀਕ ਹੈ ਠੀਕ ਹੈ। ਚਲ ਬੰਦਾ ਇਹ ਵੀ ਰੌਣਕੀ ਰਾਮ ਵੀ ਲੱਗਦਾ ਹੈ ਨਾ, ਦੋਨੇ ਭਰਾ ਬਹੁਤ ਜ਼ਿਆਦਾ ਰੌਣਕੀ ਆ। ਪਰ ਇੱਕ ਗੱਲ ਆ, ਕਸੀਟਾ ਰਾਮ ਨਾਲੋਂ ਜ਼ਿਆਦਾ ਗੁੱਸੇ ਵਾਲਾ ਇਹ। ਹੂੰ ਤਾਂ ਬਾਲਾ ਗੁੱਸਾ। ਚਲੋ ਲੱਗ ਜੂ ਪਤਾ, ਉਹਦਾ ਤਾਂ ਮੈਨੂੰ ਪੂਰਾ ਭੇਤ ਆ ਗਿਆ, ਇਹਦਾ ਨਹੀਂ ਆਇਆ। ਕਹਿੰਦੇ ਬੰਦੇ ਨਾਲ ਵਰਤ ਕੇ ਪਤਾ ਲੱਗ ਜਾਂਦਾ। ਹੋਰ ਸਹੀ ਗੱਲ ਆ, ਪਰ ਨਾ ਕਹਿੰਦੀ ਘਸੀਟੇ ਰਾਮ ਤੇ ਇਹਦੀ ਮੁੱਕੇ ਰਾਮ ਦੀ ਆਪਸ 'ਚ ਬਣਦੀ ਨੀ। ਘਸੀਟਾ ਰਾਮ ਤਾਂ ਆਪਣੇ ਸ਼ਹਿਰੀਏ ਸੁਣਾਉਣ ਲੱਗ ਜਾਂਦਾ, ਤੇ ਊਂ ਬੇਚਾਰਾ ਰੌਣ ਕੀ ਆ, ਦੋਨੇ ਭਾਈ ਇੱਕੋ ਥਾਣੇ 'ਚ ਕੱਟ ਨਹੀਂ ਸਕਦੇ। ਫਰਕ ਬਸ ਇੰਨਾ ਕੀ ਆ? ਉਹ ਫਰਕ ਤਾਂ ਹੈਗਾ, ਫਰਕ ਵਾਲੀ ਗੱਲ ਨਹੀਂ ਹੁੰਦੀ,
ਤੂੰ ਫੇਰ ਵੀ ਭਰਾ ਤਾਂ ਪੜ੍ਹਾਈ ਹੁੰਦੇ ਉਹਦੇ ਤਾਂ ਬਹੁਤ ਕਰਦਾ ਬਹੁਤ ਵਿਸ਼ਵਾਸ ਰੱਖਦਾ ਇਹਦੇ ਮੁੱਕਾ ਰਾਮ ਪਿਓ ਕਰਦੇ ਤਾਂ ਹੈਗੇ ਆ ਪਰ ਥਾਣੇ ਚ ਨੀ ਬਸ ਇੱਕ ਚ ਇਕੱਠੇ ਹੋ ਸਕਦੇ ਇਹਨੂੰ ਅਲੱਗ ਡਿਊਟੀ ਕਰਨੀ ਪੈਂਦੀ ਹੈ ਤੇ ਸਿੱਟਾ ਰਾਮ ਨੂੰ ਅਲੱਗ ਬਸ ਉਹ ਚੱਲ ਕੋਈ ਨਹੀਂ ਅੱਜ ਤਾਂ ਕਹਿੰਦੇ ਹੁੰਦੇ ਚੱਲਦੇ ਰਹਿੰਦਾ ਹੁੰਦਾ ਕੋਈ ਗੱਲ ਨਹੀਂ ਪਰ ਪਿਆਰ ਵੀ ਬਹੁਤ ਆ ਦੋਨਾਂ ਦਾ ਉਹ ਜੇ ਪਿਆਰ ਕਰਕੇ ਉਹਨੇ ਕਿਹਾ ਵੀ ਮੈਨੂੰ ਤੇ ਵਿਸ਼ਵਾਸ ਹੈ ਮੇਰੇ ਭਰਾ ਤੇ ਇੰਨੀ ਹੋਰ ਨਾ ਕਿਸੇ ਨੂੰ ਕਹਿ ਦਿੰਦੇ ਕੁਛ ਖਾਣਾ ਪੀਣਾ ਤੁਸੀਂ ਨਹੀਂ ਕੁਛ ਨਹੀਂ ਖਾਣਾ ਤੇ ਮੈਂ ਉਹਨੂੰ ਫੋਨ ਲਾਉਣਾ ਸੱਚ ਕਿਹਨੂੰ ਕੁਕੜੀ ਸਰਾਮ ਨੂੰ ਅੱਛਾ ਲਾ ਲਓ ਕੁਕੜੀ ਸਰਾਮ ਨੂੰ ਲਾਉਣਾ ਪੂ ਫੋਨ ਤਾਂ ਲਾ ਲਓ ਲਾ ਲਓ ਹੈਲੋ ਕੁੜੀ ਸਰਾਮ ਜੀ ਹਾਂਜੀ ਹਾਂਜੀ ਹੋਰ ਠੀਕ ਠਾਕ ਹੋ ਹਾਂਜੀ ਹਾਂ ਵਧੀਆ ਉਹ ਮੈਂ ਐਂ ਕਹਿੰਦਾ ਸੀ ਮੈਂ ਹਾਂ ਬਿਆਨ ਲੈ ਜਾਂਦੇ ਬਿਆਨ ਲੈ ਜਾਂਦੇ ਜੀ ਹੋਰ ਹੁਣ ਘਰੇ ਆ ਗਈ ਰੀਤਾ ਘਰੇ ਆ ਕੇ ਬਿਆਨ ਲੈ ਜਾਓ ਹਾਂਜੀ ਹਾਂ ਉਹ ਤਾਂ ਠੀਕ ਹੈ ਜੀ ਐਵੇਂ ਗੱਲ ਕਰਦੇ ਦਿਓ ਨਾ ਗਿਆਨ ਲੈ ਜਾਂਦੇ ਸੀ ਕੋਈ ਬਿਆਨ ਤੇ ਆ ਗਿਆ ਆਪਣਾ ਬੰਦਾ ਮੁੱਕਾ ਰਾਮ ਹਾਂ ਮੁੱਕਾ ਰਾਮ ਆ ਗਿਆ ਜੀ ਹਾਂ ਉਹ ਐਂ ਕਹਿੰਦਾ ਸੀ ਕਿੱਥੇ ਜੇ ਘਰ ਮੈਂ ਕੋਈ ਗੱਲ ਪੁੱਛਣੀ ਕਿਸੇ ਨੂੰ ਮਰਜੀ ਚੱਲ ਕੋਈ ਗੱਲ ਨੀ ਜੀ ਉਹ ਆ ਗਿਆ ਧੰਨਵਾਦ ਤੁਹਾਡਾ ਜਿਹਨੇ ਮੇਰੇ ਕਹੇ ਤੁਸੀਂ ਆਪਦੇ ਚੰਗੇ ਬੰਦੇ ਡਿਊਟੀ ਲਾਤੀ ਬਹੁਤ ਬਹੁਤ ਧੰਨਵਾਦ ਜੀ ਨਾ ਨਾ ਠੀਕ ਆ ਜੀ ਪਰ ਦਹਿਸ਼ਤ ਮੇਰੀ ਜਿੰਨੀ ਨਹੀਂ ਹੈਗੀ ਉਹਦੀ ਜੀ ਮਾੜੀ ਧਿਆਨ ਰੱਖੋ ਸਮਝਦੇ ਹੋ ਨਾ ਤੁਸੀਂ ਚੱਲ ਕੋਈ ਗੱਲ ਨੀ ਕੋਈ ਗੱਲ ਨੀ ਹਾਂਜੀ ਉਹ ਫਿਰ ਤੈਨੂੰ ਪਤਾ ਤਾਂ ਹੈਗਾ ਸ਼ੇਰ ਤਾਂ ਇੱਕੋ ਹੀ ਹੁੰਦਾ ਨਾ ਹਾਂ ਜੰਗਲ ਦਾ ਰਾਜਾ ਸ਼ੇਰ ਘਸੀਟਾ ਰਾਮ ਬਸ ਬਸ ਕੋਈ ਗੱਲ ਨੀ ਸ਼ੇਰ ਤਾਂ ਤੂੰ ਹੀ ਰਹੇਗਾ ਕੋਈ ਗੱਲ ਨੀ ਹਾਂਜੀ ਹਾਂ ਕੋਈ ਗੱਲ ਨੀ ਫਿਰ ਤੁਸੀਂ ਆ ਜਾਓ ਚੰਗਾ ਜੀ ਹਾਂਜੀ ਹਾਂ ਜ਼ਰੂਰ ਆਉਣਾ ਜੀ ਬਸ ਗੱਡੀ ਤੇ ਪੈਂਚਰ ਜਿਹਾ ਲਵਾ ਲਈਏ ਜੀ ਪੈਂਚਰ ਹੋ ਗਿਆ ਤਾਂ ਅੱਛਾ ਚੱਲ ਕੋਈ ਗੱਲ ਨੀ ਪੈਂਚਰ ਲਵਾ ਕੇ ਆ ਪ੍ਰਦੀਪ ਗਿਆ ਹੋਇਆ ਠੀਕ ਹੈ ਠੀਕ ਹੈ ਧੰਨਵਾਦ ਠੀਕ ਹੈ ਠੀਕ ਆ ਉਹ ਤਾਂ ਗੱਡੀ ਪੈਂਚਰ ਹੋ ਗਿਆ ਤਾਂ ਪੈਂਚਰ ਲਵਾ ਕੇ ਆਉਂਦੇ ਆ ਅੱਛਾ ਹੋਰ ਨਹੀਂ ਕੁਛ ਕਿਹਾ ਨਹੀਂ ਹੋਰ ਨਹੀਂ ਕੁਛ ਕਿਹਾ ਅੱਛਾ ਫਿਰ ਮੈਂ ਐ ਕਰਦਾਗਾ ਉਹਨੇ ਮੈਂ ਗੇੜਾ ਮਾਰਿਆ ਨਾ ਸਦਾ ਗਿਆ ਤੇ ਆਇਆ ਮਾਰਿਓ ਫਿਰ ਗੇੜਾ ਜਾਇਆ ਮੈਂ ਕਹਿੰਦੀ ਉਹਨਾਂ ਨੂੰ ਆਈ ਜਾਣ ਦੋ ਕਿਹਨੂੰ ਉਹ ਪੈਂਚਰ ਲਵਾਉਣ ਉਹ ਆ ਜਾਣ ਉਹਦੋਂ ਮੈਂ ਆ ਜਾਂ ਮੈਂ ਉੱਥੇ ਹੀ ਕਰਨਾਗਾ ਮੈਨੂੰ ਕਿਹੜਾ ਜਵਾਬ ਕੇ ਦੇਖ ਜਾਂਦੇ ਜਾ ਕੇ ਚੰਗਾ ਉਹਨਾਂ ਚ ਕਿਤਾ ਹੁੰਦਾ ਹੀ ਆ ਰੋਟੀ ਰੋਟੀ ਖਾ ਕੇ ਆਣੀ ਸੀ ਖਾ ਜਾਂਦੇ ਮਾਮੀ ਬਣਾ ਦੂਗੀ ਨਾ ਨਾ ਕੋਈ ਨਹੀਂ ਬਸ ਕੋਈ ਨਹੀਂ ਕਿਉਂ ਰੋਟੀ ਤਾਂ ਆ ਕੇ ਖਾਊਂਗਾ ਪਹਿਲਾਂ ਜਵਾਕਾਂ ਦਾ ਮੂੰਹ ਦੇਖਿਆ ਮੈਂ ਆਹੋ ਆਪ ਤਾਂ ਦੇਖ ਲਓ ਮੈਂ ਬੈਠੀ ਆ ਰਿਆਂ ਨਹੀਂ ਕਿਵੇਂ ਆ ਠੀਕ ਆ ਤੂੰ ਜੀ ਲਾਈ ਬੈਠੀ ਸੀ ਆਪ ਤੋਂ ਨਾ ਖੜੀ ਹੋਇਆ ਕਰ ਤੈਨੂੰ ਕਿੰਨੇ ਵਾਰ ਤੱਕ ਹੈਗਾ ਕੁਛ ਨਹੀਂ ਤੇ ਸਰਪੰਚ ਉਹ ਬੱਚਿਆਂ ਨੂੰ ਦੇਖਣ ਗਏ ਲੈ ਦੱਸ ਇੰਨੀ ਛੇਤੀ ਕੀ ਹੋਇਆ ਉਹਨਾਂ ਨੂੰ ਦੇਖਣ ਨੂੰ ਹਜੇ ਮਾੜਾ ਮੋਟਾ ਡਾਕਟਰ ਵੀ ਲਵੇ ਨੀ ਜਾਣ ਦਿੰਦੇ ਕਹਿੰਦੇ ਜਦ ਤੱਕ ਮੈਂ ਉਹਨਾਂ ਦਾ ਮੂੰਹ ਨਾ ਦੇਖਾਂ ਨਾ ਫਿਰ ਮੇਰੇ ਦਿਨ ਨਹੀਂ ਵਧੀਆ ਲੰਘਦਾ ਧੰਨ ਜੀ ਕਰਾਂ ਮੇਰਾ ਜਿਹੜਾ ਮੈਂ ਇੱਥੇ ਛੱਡੀ ਬੈਠੀ ਹਾਂ ਨਾਲ ਹੋਰ ਤੂੰ ਖਾਣਾ ਪੀਣਾ ਕੁਛ ਕੁਛ ਨਹੀਂ ਖਾਣਾ ਮੇਰੇ ਤਾਂ ਸਿਰ ਦੁਖੀ ਜਾਂਦਾ ਪਤਾ ਨਹੀਂ ਕੀ ਹੋਇਆ ਤੈਨੂੰ ਆਖਿਆ ਬੋਲਿਆ ਕਰ ਦੱਬ ਕੇ ਚੰਗਾ ਹੋਰ ਦੱਬ ਦੱਬ ਬੋਲਿਆ ਕਰ ਫਿਰ ਹਟੂਗਾ ਸਿਰ ਤੇਰਾ ਹੁਣ ਨਹੀਂ ਬੋਲਦੀ ਨਾਲੇ ਇੰਨੇ ਵਾਰੀ ਕਿਹਾ ਭਾਈ ਮੂੰਹ ਸਿਰ ਲਵੇੜ ਕੇ ਜੇ ਪੈ ਜਾ ਕਰ ਨਾ ਬੋਲਿਆ ਕਰ ਸੱਚ ਮੈਂ ਸ਼ੋਰ ਲੈਂਦੀ ਹਾਂ ਕੀ ਲੋੜ ਹੈ ਗੱਲ ਚ ਪਾ ਲਿਆ ਕਰ ਇਹਨੂੰ ਉਹ ਬੇਬੇ ਨੇ ਖਾ ਲਈ ਰੋਟੀ ਆਹੋ ਬੇਬੇ ਨੇ ਤਾਂ ਖਾ ਲਈ ਰੋਟੀ ਉਹਦਾ ਵੀ ਸਿਰ ਉੱਠਿਆ ਪਿਆ ਹੈਗਾ ਲੈ ਪਈ ਹੈ ਹੋਰ ਦੱਸ ਉਹਦਾ ਸਿਰ ਕਾਹਦੇ ਨਾਲ ਉੱਠ ਗਿਆ ਠੰਡ ਤਾਂ ਹੈਗੀ ਵੀ ਉਹ ਤਾਂ ਆਪ ਚੁੰਨੀ ਜਿਹੀ ਲਈ ਫਿਰਦੀ ਰਹਿੰਦੀ ਇੱਕ ਆ ਲੰਡੀ ਜੀ ਉਹ ਨਹੀਂ ਹਟਦੀ ਇਹ ਚੁੰਨੀਆਂ ਜਿਹੀਆਂ ਛੋਟੀਆਂ ਮੈਨੂੰ ਲੁਕੋ ਕੇ ਜਾਣੀਆਂ ਪੈਣੀਆਂ ਲੱਗਦਾ ਤੂੰ ਖਾ ਲਈ ਮੰਮੀ ਰੋਟੀ ਮੈਂ ਤਾਂ ਰੋਟੀ ਖਾ ਕੇ ਚਾਹ ਤੇ ਪੀ ਗਈ ਸੀ ਮੈਂ ਪੁੱਛਾਂਗੇ ਇਹਨੂੰ ਵੀ ਚਾਹ ਪੀਣੀ ਹੈ ਅੱਛਾ ਉਹ ਅੱਜ ਨਾ ਆਪਣੇ ਸਿਕਿਉਰਿਟੀ ਗਾਰਡ ਤੇ ਨਵਾਂ ਮੁਲਾਜ਼ਮ ਆਇਆ ਮੁੱਕਾ ਰਾਮ ਅੱਛਾ ਸਿੱਟਾ ਰਾਮ ਦਾ ਭਰਾ ਹੀ ਆ ਰੋਟੀ ਰੋਟੀ ਵੱਧੇ ਬਣਾ ਕੇ ਰੱਖਿਓ ਘਟ ਘਟ ਨਾ ਨਾ ਕੋਈ ਰੋਟੀ ਖਾਂਦਾ ਅੱਛਾ ਬਾਣੀਆਂ ਰੋਟੀ ਆਪਣਾ ਸਾਰਾ ਟੱਬਰ ਦੀ ਖੁਰਾਕ ਆਈ ਨਹੀਂ ਬਸ ਇਹ ਤਾਂ ਕੱਲੇ ਦੀ ਆ ਤੂੰ ਮਾਮੀ ਦੀਆਂ ਗੱਲਾਂ ਸੁਣ ਕੇ ਦੇਖੀ ਬਾਲੀ ਹਾਸੀ ਵਾਲੀਆਂ ਗੱਲਾਂ ਕਰਦਾ ਹੈ
ਜੀ ਲਵਾ ਕੇ ਰੱਖਦਾ। ਤੁਸੀਂ ਦੇਖਿਆ ਨੀ ਖੜਾ ਨੀ ਸੀ ਬਾਹਰ? ਬਾਹਰ ਖੜਾ ਤਾਂ ਹੈਗਾ ਧੀ, ਮੈਂ ਕਿਹਾ ਕਿਤੇ ਉਹ ਕੀ ਕਹਿੰਦੇ ਜਦੋਂ ਉਹਨੂੰ ਪਹਿਲਾਂ ਨਾ ਲੈਂਦੀ ਸੀ ਪਹਿਲਾਂ ਤੂੰ ਸਰਦਾਰ ਬੰਦੇ ਤਾਂ ਪੀਂਦੇ ਨੀ ਹੁੰਦੇ ਨਾ। ਚੱਲ ਆਪਾਂ ਨੇ ਪਿਲਾਣਾ, ਇੱਥੇ ਡਿਊਟੀ ਤੇ ਚਾਹੀਦਾ ਆਪਾਂ ਨੂੰ। ਹਾਂ ਮੰਮੀ ਸਹੀ ਗੱਲ। ਮਾਮੇ ਦਾ ਆਇਆ ਫੋਨ? ਫੋਨ ਤੇਰੇ ਮਾਮੇ ਨੇ ਤਾਂ ਪੁੱਛਣਾ, ਬੰਦ ਕਰੀ ਬੈਠਾ ਫੋਨ। ਕਿਉਂ ਰੁੱਸਿਆ ਬੈਠਾ ਹੁਣ ਵੀ ਆਈ ਨੀ? ਹੋਰ ਬਸ ਅਸੀਂ ਵੀ ਨੀ ਜਾਣ ਦਿੰਦੇ, ਹੋਰ ਜਦ ਤੱਕ ਨਿਆਣੇ ਨੀ ਆਉਂਦੇ ਤੱਕ ਤਾਂ ਅਸੀਂ ਜਮੀ ਨੀ ਜਾਣਾ। ਹੋਰ ਇੱਥੇ ਆ ਭਾਈ ਇਹਨਾਂ ਦਿਨ ਤਾਂ। ਜੇ ਕਹੂਗਾ ਵੀ ਮੇਰੀ ਕਰਾਈ ਕਰ, ਮੈਂ ਖੜਕਾਉਂਗੀ ਵੀ ਆਪ ਤਾਂ ਤੂੰ ਆਉਣਾ ਨੀ, ਹੋਰ ਦੂਜੇ ਨੂੰ ਵੀ ਨੀ ਰਹਿਣ ਦੇਣਾ, ਦੋ ਦਿਨ ਨੀ ਰਹਿਣ ਦਿੰਦਾ। ਮੰਮੀ ਤੂੰ ਪੇਕੇ ਪੁੱਕੇ ਵੀ ਨੀ ਜਾਂਦੀ ਹੋਣੀ ਹਨਾ? ਕਿਹੜੇ ਪੇਕੇ, ਪੁੱਛੇ ਨਾ ਤੜਕੇ ਆ ਕੇ ਹੱਥ ਨੂੰ ਮੁੜਿਆ ਨੀ ਹੁੰਦੀ ਆ। ਹੋਰ ਜੇ ਬੰਦੇ ਨੇ ਭਲਾ ਕੋਈ ਵਿਆਹ ਸ਼ਾਦੀ ਚ ਜਾਣਾ ਹੋਵੇ ਹੈ, ਦੋ ਦਿਨ ਆਪਦੀ ਸਹੇਲੀਆਂ ਨੂੰ ਮਿਲਣਾ ਗਾ। ਬਸ ਮਿਲੀਆਂ ਪਈਆਂ ਨੇ, ਜਿਹੜੀ ਇਹਨਾਂ ਦੇ ਆ ਗਈ ਉਹ ਤਾਂ ਸਹੇਲੀਆਂ ਨੂੰ ਮਿਲ ਗਈ, ਬਸ ਤਰ ਗਈ ਉਹ ਤਾਂ। ਚੱਲ ਕੋਈ ਨਾ, ਸੁੱਖ ਤਾਂ ਹੈਗਾ ਤੈਨੂੰ, ਐ ਤਾਂ ਨੀ ਹੈਗਾ ਵੀ ਦਾਰੂ ਪੀ ਕੇ ਹੱਥ ਨੇ ਤੈਨੂੰ ਕੁੱਟ ਕੇ ਬਾਹਰ ਘਰੋਂ ਕੱਢੂਗਾ। ਆਹ ਚੀਜ਼ ਦੀ ਤਾਂ ਆਰਾਮਦਾਰੀ ਆ, ਇਹ ਗੱਲ ਤਾਂ ਆਰਾਮਦਾਰੀ ਆ। ਪਰ ਉਹ ਤਾਂ ਸੋਫੀ ਬਥੇਰਾ ਲੜ ਲੈਂਦਾ, ਜਿਹੜੀ ਕਾਸਰ ਹੁੰਦੀ ਆ ਆਪੇ ਬਥੇਰਾ ਸੋਫੀ ਗੱਲਾਂ ਗੱਲਾਂ ਚ ਕੱਢ ਜਾਂਦਾ, ਲੜਦਾ ਨੀ, ਗੱਲੀ ਗੱਲੀ ਸੁਣਾ ਜਾਂਦਾ ਮੈਨੂੰ ਤਾਂ। ਸਹੀ ਗੱਲ ਆ, ਹੁਣ ਦੋਵੇਂ ਜਣੇ ਔਖੇ ਹੋਏ ਪਏ ਹੋਣੇ ਨਾਲੇ ਨਾਲੇ। ਬਾਪੂ ਤਾਂ ਸੱਚੀ ਉੱਥੇ ਤਾਂ ਕਿਤੇ ਕੰਮ ਵੀ ਨੀ ਕਰਵਾਇਆ ਸੀ। ਬਾਪੂ ਤਾਂ ਕਿਹੜਾ ਕਰਦਾ ਹੋਣਾ? ਹੋਰ ਬਾਪੂ ਨੂੰ ਤਾਂ ਬਸ ਤੜਕੀ, ਬਾਪੂ ਤਾਂ ਚਾਹ ਦੀ ਘੁੱਟ ਪੀ ਜਾਂਦਾ 8 ਵਜੇ, ਉੱਥੇ ਜਾ ਵੜਦਾ ਆਪਦੀ ਉਹ ਤਾਂਸੇ ਵਾਲਿਆਂ ਕੋਲੇ। ਉਹ ਤਾਂ 5 ਵਜੇ ਆਉਂਦਾ ਜਾਂ ਬਸ ਦੁਪਹਿਰੇ 2 ਵਜੇ ਚਾਹ ਪੀਣ ਆਉਂਦਾ, ਫਿਰ ਉੱਥੇ ਜਾ ਵੜਦਾ। ਚੱਲ ਹੁਣ ਸਾਰੀ ਉਮਰ ਕਿਹੜਾ ਕੰਮ ਕਰੀ ਜਾਊਗਾ? ਹਾਂ ਇਹ ਤਾਂ ਬਥੇਰਾ ਕੰਮ ਕਰ ਲਿਆ, ਬਹੁਤ ਕੰਮ ਕਰਿਆ। ਦੇਖ ਲਓ ਪਹਿਲਾਂ ਜਮੀ ਜ਼ਮੀਨ ਨਹੀਂ ਹੁੰਦੀ ਸੀ ਆਪਣੀ, ਨਾਨੇ ਨੇ ਬਣਾਈ ਇੰਨੀ ਮਿਹਨਤ ਨਾਲ। ਹਾਂ ਉਹੀ ਗੱਲ ਆ ਕਿ ਪੋਹੀ ਪੋਹੀ ਜੋੜ ਕੇ ਫੇਰ ਚੀਜ਼ ਬਣਦੀ ਆ, ਹੁਣ ਜੇ ਕੋਈ ਸਰਲ ਲਾਵਾਂਗੇ ਫਿਰ ਕਿੱਥੇ ਬਣਾਉਂਦੇ? ਤਾਂ ਕੁਛ ਨਹੀਂ ਬਣਦਾ ਮੰਮੀ। ਹਾਂ ਇਹ ਤਾਂ ਹੈਗਾ ਹੀ। ਹੁਣ ਅਸੀਂ ਇਹਨੂੰ ਸਮਝਾਉਣੇ ਆ ਭਈ ਤੇਰੇ ਮਾਮੇ ਨੂੰ, ਉਹ ਦੇਖ ਲਾ ਇੰਨਾ ਮਹਿੰਗਾ ਫੋਨ ਸੀ ਜਿਹੜਾ ਚਕਾ ਕੇ ਆਇਆ ਗਾ, ਹੋਰ ਹੁਣ ਉਹ ਕੀ ਪੈਡ ਜਾ ਲਈ ਫਿਰਦਾ, ਹੁਣ ਕਹਿੰਦਾ ਮੇਰੇ ਹੱਥ ਚ ਨੀ ਸੋਹਣਾ ਲੱਗਦਾ ਭਈ ਨਾ ਚਕਾਉਂਦਾ। ਮੈਨੂੰ ਕਹਿੰਦਾ ਸੀ ਕਹਿੰਦਾ ਆਈਫੋਨ ਲੈ ਕੇ ਦੇ, ਸੰਤ ਨਹੀਂ ਆਉਂਦੀ ਇਹਨੂੰ ਪੈਡ ਪੂਰੇ ਪੈਸੇ ਆਉਂਦੇ। ਮੈਂ ਤਾਂ ਕਹਿੰਦਾ ਗੱਲਾਂ ਗੱਲਾਂ ਚ ਬਥੇਰਾ ਚੱਲਿਆ ਪਿਆ, ਤਾਂ ਤੇਰੇ ਮੇਰੀ ਦੇ ਕੰਨ ਤਾਂ ਖਾ ਜਾਂਦਾ, ਜਿਹਦੇ ਕੋਲ ਖੜ ਜਾ ਅਗਲਾ ਹੱਥ ਬੰਨ ਕੇ ਭੇਜ ਦੇ। ਸਹੀ ਗੱਲ ਹੈ, ਅਤੇ ਜੁੱਟੂ ਪਾਉਣ ਬੋਲੇ ਦਾ ਸੌ ਦਾ ਧਰਨਾ ਤੇਲ ਫੂਕਤਾ ਹੁਣ ਜਿੱਥੇ ਪਤੰਗ ਟੁੱਟਦਾ ਸੀ ਮਾਗਰੇ ਚੱਕਦਾ ਸੀ ਮੋਟਰਸਾਈਕਲ। ਨਜ਼ਾਰਾ ਲੈਂਦਾ ਹਜੇ ਅੱਜ ਆਪੇ ਵਾਲੇ ਹੱਟ ਸੀਗੇ।
ਉਹ ਤੇ ਹਸਪਤਾਲ ਚ ਬੋਲੀ ਗਈ ਸਿਰ ਲਵੇਟ ਕੇ ਪੈ ਜਾ ਕਰ ਚਾਹ ਦੀ ਘੁੱਟ ਪੀ ਕੇ ਚੁੱਪ ਤਾਂ ਮੇਰੇ ਤੋਂ ਰਹਿ ਨੀ ਹੁੰਦਾ ਵੀ ਮਸਾਂ ਹੁਣ ਮੈਂ ਘਰੇ ਆਈ ਆ ਮਹੀਨੇ ਨੂੰ ਫੇਰ ਡਿਊਟੀ ਤੇ ਬੁਲਾਉਣ ਲੱਗ ਜਾਂਦੇ ਮੈਂ ਕਹਿੰਦੀ ਹਾਂ ਸਾਡੇ ਪਰ ਮਹੀਨਾ ਕਦੋਂ ਆਇਆ ਤੂੰ ਡਿਊਟੀ ਤੇ ਜਾਣ ਹੀ ਲੱਗ ਜਾ ਕੱਲ ਤਾਂ ਨਹੀਂ ਮਾਮੀ ਹਜੇ ਤਾਂ ਨਹੀਂ ਕੁਛ ਕੁ ਟਾਈਮ ਮੈਂ ਬੱਚਿਆਂ ਨਾਲ ਵੀ ਖੇਡਣਾ ਬੱਚੇ ਬੁੱਚਿਆਂ ਨੂੰ ਤਾਂ ਕੋਈ ਨਾ ਮੈਂ ਪਾ ਲੂ ਭਾਈ ਤੁਸੀਂ ਉਹ ਫੈਲ ਜੀ ਚੱਕ ਕੇ ਫਿਰਦਾ ਰਹਿੰਦਾ ਚਰਨਾ ਤੂੰ ਆਈ ਡਿਊਟੀ ਤੇ ਬਹਿ ਜਾ ਕਰ ਬੱਚਿਆਂ ਦੀ ਤਾਂ ਤੁਸੀਂ ਦੇਖਭਾਲ ਕਰੀ ਖੜੇ ਹੋਗੇ ਨਾ ਮਾਮੀ ਬੱਚਿਆਂ ਦੀ ਅਸੀਂ ਪੂਰੀ ਦੇਖਭਾਲ ਕਰਾਂਗੇ ਮਸਾਂ ਤਾਂ ਰੱਬ ਸੁਣਦਾ ਜਿਹਨਾਂ ਕੋਲ ਹੈ ਨੀ ਉਹਨਾਂ ਨੂੰ ਪੁੱਛ ਕੇ ਦੇਖ ਉਹ ਕਿਵੇਂ ਰਹਿੰਦੇ ਨੇ ਇਹ ਤਾਂ ਹੈ ਭਾਈ ਆ ਅਸੀਂ ਤਰਸਦੇ ਫਿਰਦੇ ਦੇਖ ਬੱਚਿਆਂ ਨੂੰ ਲੈ ਮਾਮੀ ਤੂੰ ਕਦੇ ਤਰਸਦੀ ਆ ਇਹ ਤੇਰੀ ਬੱਚੇ ਨੇ ਆਹ ਗੱਲ ਨਾ ਹੁਣ ਕਿਹਾ ਕਰ ਬਸ ਮੈਨੂੰ ਨੀ ਤੇਰੇ ਮੂੰਹ ਸੋਹਣੀ ਲੱਗਦੀ ਜਦੋਂ ਨੂੰ ਮੇਰਾ ਮੂੰਹ ਪਊਗਾ ਇਹਨਾਂ ਚ ਹੈ ਜਾਣ ਪਛਾਣ ਲੱਗਣਗੇ ਬੋਲਣ ਤੋਂ ਉਹਨਾਂ ਨੂੰ ਤੁਸੀਂ ਲਿਆਉਂਗੇ ਮੇਰੇ ਕੋਲ ਓਹੋ ਨਹੀਂ ਲੈ ਕੇ ਆਉਂਦੇ ਅਸਲੀ ਮਾਂ ਤਾਂ ਉਹੀ ਹੁੰਦੀ ਹੈ ਜਿਹੜੀ ਬੱਚੇ ਨੂੰ ਪਾਲਦੀ ਆ ਬਸ ਫੇਰ ਮੈਂ ਆਪਦੇ ਕੋਲ ਹੀ ਰੱਖੂਗੀ ਫਿਰ ਹੁਣ ਨੀ ਮੈਂ ਕਹਿੰਦੀ ਵੀ ਸਾਡੇ ਬੱਚਾ ਨੀ ਹੈਗਾ ਹੁਣ ਤਾਂ ਸੁੱਖ ਨਾਲ ਦੋ ਹੋ ਗਏ ਫੇਰ ਹਾਂ ਮੰਮੀ ਦੋਨੇ ਬੱਚੇ ਤੇਰੇ ਹੀ ਨੇ ਠੀਕ ਹੈ ਚੱਲ ਫਿਰ ਮੈਂ ਚਾਹ ਦੇ ਕੇ ਸੀ ਉੱਤੇ ਸੱਸ ਨੂੰ ਮਾੜੇ ਜਿਹੇ ਭਾਂਡੇ ਵੀ ਪਏ ਨੇ ਮਾਂਜਣ ਵਾਲੇ ਉਹ ਕਹਿੰਦੀ ਮੇਰਾ ਸਿਰ ਦੁਖਦਾ ਮੈਂ ਤੂੰ ਪੈ ਜਾ ਦਵਾਈ ਜੀ ਲੈ ਕੇ ਚੱਲ ਮੈਂ ਮੇੜਦੀ ਹਾਂ ਕੰਮ ਚੰਗਾ ਚੰਗਾ ਮੰਮੀ ਤੇ ਤੂੰ ਵੀ ਪੈ ਜਾ ਮਾੜਾ ਮੋਟਾ ਜੇ ਕੁਛ ਖਾਣਾ ਪੀਣਾ ਤਾਂ ਭਾਈ ਦੱਸ ਦੇ ਮੈਨੂੰ ਕੁਛ ਨੀ ਖਾਣਾ ਮੰਮੀ ਹੁਣ ਤਾਂ ਭੁੱਖ ਹੈ ਨੀ ਹੈ ਨੀ ਭੁੱਖ ਚੱਲ ਫਿਰ ਮੈਨੂੰ ਬੋਲ ਮਾਰ ਲੀ ਚੰਗਾ ਪੈ ਜਾ ਹੁਣ ਕਿਤੇ ਫੋਨ ਜੇ ਚ ਲੱਗੀ ਰਹੇ ਹਾਂ ਦੇਖਦੀ ਮੇਰੇ ਤਾਂ ਸਿਰ ਬਹੁਤ ਫੜ ਰਿਹਾ ਕੋਈ ਪਤਾ ਹੀ ਨਹੀਂ ਆਈ ਇਹ ਕੰਬਲ ਜੇ ਚ ਪਈ ਮਾਰੀ ਆਵੇਂ ਉਂਗਲਾਂ ਨਹੀਂ ਨਾ ਨਹੀਂ ਨਹੀਂ ਮੰਮੀ ਸੁਣ ਲਈ ਸੌ ਜਾ ਚੰਗਾ ਹੈਲੋ ਹਾਂ ਮਾਮਾ ਅਰੀ ਤੋ ਹਾਂਜੀ ਤੇਰੀ ਮੰਮੀ ਨੂੰ ਭੇਜ ਦਿੰਦੇ ਮੈਂ ਮਾੜਾ ਕੰਮ ਜਾ ਕੇ ਆਉਣਾ ਸੀ ਮਾਮਾ ਐਂ ਕਦੋਂ ਕਰਦਾ ਰਹਿ ਜਾਂਦੇ ਚਾਰ ਕੁ ਦਿਨ ਹੋਰ ਨਹੀਂ ਜ਼ਰੂਰੀ ਕੰਮ ਆ ਮੈਨੂੰ ਹੋਰ ਸੀ ਜ਼ਰੂਰੀ ਕੰਮ ਆ ਲੈ ਕਾ ਕੰਮ ਹੀ ਆ ਮੈਂ ਜਾ ਕੇ ਆਉਣਾ ਜਮੀ ਨਹੀਂ ਸਰਦਾ ਫਿਰ ਨਹੀਂ ਸਰਦਾ ਚੰਗਾ ਭੇਜ ਦੂੰਗੀ ਕੌਣ ਮੈਨੂੰ ਦੱਸ ਦੇ ਮੈਂ ਕਹਿ ਦਿੰਦਾ ਕੀ ਕਹਿਣਾ ਹੈ ਮਾਮਾ ਕੀ ਕਹਦਾ ਕਹਿੰਦਾ ਮਾਮੀ ਨੂੰ ਭੇਜ ਦੇ ਐਂ ਤਾਂ ਮੈਂ ਵੀ ਕੰਮ ਕਰਾ ਦਿਆ ਕਰੂੰ ਮਾੜਾ ਮੋਟਾ ਮੈਨੂੰ ਕਿਹੜਾ ਕੁਛ ਹੋਇਆ ਆ ਦੇਖ ਲੈ ਕੀ ਬਣ ਗਿਆ ਮੇਰੇ ਕੋਲ ਕੰਮ ਕੁੰਮ ਦੇ ਨਾਲ ਲੈ ਚੰਗਾ ਠੀਕ ਆ ਫਿਰ ਕਹਿ ਦੋ ਮਾਮਾ ਹੈ ਨਹੀਂ ਆ ਇੱਕ ਨਹੀਂ ਦੋ ਦੋ ਮਾਮਾ ਹੈ ਤਿੰਨ ਜਣੇ ਆ ਤੁਸੀਂ ਤਿੰਨ ਜਣੇ ਆ ਕੀ ਕਰਨਾ ਰੋਟ ਨਹੀਂ ਲਾਉਣੀ ਚਾਰ ਉਹ ਕੰਮ ਨੂੰ ਕੀ ਦੂਜਾ ਕੰਮ ਨੂੰ ਮੈਂ ਦਬਾ ਦੇ ਨੀਗਾ ਚਾਰ ਰੋਟ ਹੁਣ ਮਾਂ ਲਾਈ ਦਿੰਦੀ ਹੌਲੀ ਹੌਲੀ ਚਲੋ ਇੰਨੇ ਤਾਂ ਠੀਕ ਹੋ ਜਾਓ ਬੁਖਾਰ ਦਾ ਜਿਹੜਾ ਹੋਰ ਤਾਂ ਨਹੀਂ ਬੁਖਾਰ ਚੜ੍ਹ ਕੇ ਆਊਗਾ ਉਹਨੂੰ ਮਾਮੀ ਮੈਂ ਮਰਦ ਨਾਲ ਬੋਲ ਕਿਉਂ ਬਾਜਾ ਉੱਚੀ ਉੱਚੀ ਮਾਰੀ ਜਾਂਦੀ ਆ ਕੋਲ ਕਾਹਦੇ ਵਾਸਤੇ ਬੇਟਾ 6 ਫੁੱਟ ਦਾ ਬੰਦਾ ਨਹੀਂ ਜੀਦਾ ਤੈਨੂੰ 6 ਫੁੱਟ ਹੈ ਕਿ ਥੋੜਾ ਕਰਦਾ ਹਾਂ ਤੇ ਹੋਰ ਹੁਣ ਅੱਛਾ ਮਾਮੀ ਮੈਨੂੰ ਐ ਕਹ ਹਾਰੀ ਤੋ ਕੀ ਹੋ ਗਿਆ ਬੋਲ ਜੇ ਮਾਰੀ ਜਾਂਦੇ ਹੋ ਹੁਣ ਆਇਆ ਸੀਗਾ ਚੰਨੀ ਦਾ ਹਾਏ ਕਿਉਂ ਨਾਮ ਲਿਆ ਮੇਰੇ ਮਾਮੇ ਚਲ ਕੋਈ ਨਾ ਫੇਰ ਕੀ ਹੋ ਗਿਆ ਮੈਨੂੰ ਪਤਾ ਤਾਂ ਹੈਗਾ ਚੰਗਾ ਭਲਾ ਮੈਂ ਚੰਨੂ ਹੀ ਕਹਿਣਾ ਉਹਨਾਂ ਦਾ ਵੀ ਮੇਰਾ ਮਾਮਾ ਉਹ ਮਾਮੀ ਜੀ ਹਾਂਜੀ ਮਾਮੇ ਜੀ ਦਾ ਫੋਨ ਆਇਆ ਸੀਗਾ ਕਿਵੇਂ ਖੈਰ ਨਾਲ ਹੀ ਸੀ ਹਾਂ ਉਹ ਕਹਿੰਦਾ ਮੈਂ ਕੰਮ ਜਾ ਕੇ ਆਉਣਾਗਾ ਮਾਮੀ ਜੀ ਮਾਮੇ ਕੋਲੇ ਵਗ ਜੋ ਠੀਕ ਹੈ ਜੀ ਮਾਮੇ ਸਾਡੇ ਹੀ ਕੰਮ ਆ ਕੋਈ ਠੀਕ ਹੈ ਜਨਾਬ ਜੀ
ਠੀਕ ਹੈ ਚੱਲ ਫਿਰ ਮੈਂ ਅੱਜ ਵਗ ਜਾਣੀ ਹੈ ਤੇਰੀ ਤਾਂ ਔਖਾ ਹੋ ਜੂ ਕੰਮ ਦਾ ਫਿਰ ਕੁਛ ਨਹੀਂ ਹੁੰਦਾ ਹੁਣ ਹੈਗੀ ਨਾ ਹੁਣ ਕਾ ਇੰਨੇ ਮੇ ਸਾਸੂ ਮਾਂ ਫਿਰ ਕਹਤਾ ਮਾਂ ਮੇਰੀ ਠੀਕ ਹੋ ਜੂਗੀ ਠੀਕ ਹੈ ਹੋਰ ਹੁਣ ਸਾਸੂ ਮਾਂ ਨਹੀਂ ਕਹਿਣ ਦਿੰਦੀ ਬੇਬੇ ਦਾ ਮਾਂ ਬੇਬੇ ਦਾ ਵੀ ਸਿਰ ਉੱਠਿਆ ਪਿਆ ਆ ਓਏ ਠੀਕ ਹੋ ਜੂ ਮਾਂ ਹੈਗਾ 3 ਫੁੱਟ ਦਾ ਬੰਦਾ ਨਹੀਂ ਦਿੰਦਾ ਘਰੇ ਤੈਨੂੰ ਚੱਲ ਤੁਸੀਂ ਆਪ ਚ ਕਾਹਨੂੰ ਲੜਦੇ ਹੋ ਕੋਈ ਨਾ ਮੈਂ 2 ਦਿਨ ਲਾ ਕੇ ਵਿੱਚ ਦੀ ਗੇੜਾ ਮਾਰ ਜੂੰਗੀ ਹਾਂ ਮੰਮੀ ਆ ਬਣੀ ਨਾ ਗੱਲ 2 ਦਿਨ ਲੈ ਕੇ ਵਿੱਚ ਦੀ ਗੇੜਾ ਮਾਰ ਜੂ ਹਾਂ ਐਂ ਕਰ ਲਈ ਹੋਰ ਸਮਾਂ ਵੀ ਨਹੀਂ ਤਾਂ ਗੇੜਾ ਪੱਕਾ ਮਾਰ ਦੀ ਦੇਖ ਲੈ ਸਮਾਂ 2 ਮਹੀਨੇ ਤੋਂ ਆ ਜੀ ਪੱਕਾ ਮਾਮੀ ਨਾਲੇ ਮੰਮੀ ਹੁਣ ਤੂੰ ਐਂ ਦੱਸ ਛਾਪ ਲੈਣੀ ਹੈ ਕਿ ਚੂੜੀ ਕਰਾ ਕੇ ਦੇ ਮੈਂ ਤਾਂ ਨਾ ਸਾਂਪ ਲੈਣੀ ਨਾ ਮੈਂ ਚੂੜੀ ਲੈਣੀ ਮੈਂ ਕੁਝ ਨਹੀਂ ਲੈਣਾ ਕਿਉਂ ਸਮਾਂ ਅਸੀਂ ਦੇਣਾ ਹੈਗਾ ਉਹ ਤੁਸੀਂ ਤਾਂ ਜਿਹੜਾ ਕੁਝ ਦੋਗੇ ਦੋਗੇ ਸਾਡਾ ਵੀ ਹੱਕ ਬਣਦਾ ਨਾ ਨਾ ਇਹਨਾਂ ਨੇ ਕੀ ਇਹ ਕੀ ਹਿਸਾਬ ਕਿਤਾਬ ਮਾਮੀ ਨੇ ਇੰਨਾ ਟਾਈਮ ਸੰਭੇ ਲੈ ਪਤੀਆਂ ਨੂੰ ਸੰਭਦੇ ਹੁੰਦੇ ਨੇ ਇੱਕ ਮਿੰਟ ਮਾਮੀ ਇੱਕ ਮਿੰਟ ਇਹਨੂੰ ਜੋ ਮਰਜ਼ੀ ਦੇ ਦੇ ਮੈਨੂੰ ਕੋਈ ਤਰ੍ਹਾਂ ਨਹੀਂ ਜਿਹੜੇ ਕਹਿੰਦੇ ਅਸੀਂ ਦੇਣਾ ਉਹ ਗੱਲ ਨਹੀਂ ਇਹ ਕੀ ਹਿਸਾਬ ਕਿਤਾਬ ਆ ਕੋਈ ਓਹੋ ਉਹ ਤਾਂ ਪੰਜੀਰੀ ਲੈ ਕੇ ਆਉਂਦੇ ਹੁੰਦੇ ਨੇ ਅਸੀਂ ਹੋਰ ਨਹੀਂ ਕੁਝ ਲੈਂਦੇ ਮੈਂ ਮਨ ਸਕਾਂ ਭਾਵੇਂ ਕੋਈ ਰਸਮ ਹੋਵੇ ਭਾਵੇਂ ਰਿਵਾਜ ਹੋਵੇ ਨਾ ਮੈਨੂੰ ਪੰਜੀਰੀ ਦੀ ਲੋੜ ਆ ਨਾ ਮੈਨੂੰ ਹੋਰ ਕਾਹੇ ਦੀ ਲੋੜ ਆ ਇੱਥੇ ਇੱਥੇ ਕੋਈ ਜੀੜਾ ਕੱਪੜਾ ਜਿਹਾ ਲੈ ਕੇ ਆ ਜਾਊਂਗਾ ਸਾਰਾ ਤੈਨੂੰ ਪਤਾ ਕਿਲੋ ਬਾਹਰ ਜਾਊਗਾ ਲੈ ਬਈ ਉਹ ਤਾਂ ਸਾਡਾ ਹੱਕ ਹੈ ਫਿਰ ਹੁਣ ਮੇਰੀ ਗੱਲ ਕਿਉਂ ਮੈਂ ਤਾਂ ਪੰਜੀਰੀ ਮੰਗਾਉਂਗੀ ਬਈ ਤੈਨੂੰ ਪੰਜੀਰੀ ਖਾਣੀ ਹੈ ਨਾ ਬਸ ਪੰਜੀਰੀ ਮੈਂ ਬਣਾ ਕੇ ਦੇਵਾਂ ਨਹੀਂ ਮਾਮੀ ਰਿਸ਼ਤੇਦਾਰੀ ਕੋਈ ਐ ਨਹੀਂ ਬਣੀ ਹੁੰਦੀ ਇੱਕ ਦੂਜੇ ਨੂੰ ਉਹ ਕਰ ਦਿਓ ਫਿਰ ਤੂੰ ਕਹੇਂਗੀ ਕਹਿੰਦਾਗਾ ਮੈਨੂੰ ਚੰਨੀ ਮਾਮੀ ਦਾ ਪਤਾ ਹੀ ਆ ਥੋੜੀ ਕਬੀਰਦਾਰੀ ਦਾ ਸਾਰਾ ਮੈਨੂੰ ਪਤਾਗਾ ਪਰ ਨਹੀਂ ਪਰਮਾਤਮਾ ਦਿੱਤਾ ਮੇਰੇ ਕੋਲੇ ਬਹੁਤ ਕੋਸਾਗਾ ਮੈਨੂੰ ਵੀ ਆ ਗੱਲ ਸੁਣ ਕੇ ਨਾ ਬਹੁਤ ਖੁਸ਼ੀ ਹੋਈ ਆ ਮੈਂ ਵੀ ਜਾਣ ਕੇ ਛੇੜਦੀ ਸੀ ਤੁਹਾਨੂੰ ਕੋਈ ਲੱਗਦਾ ਵੀ ਮੈਂ ਪੰਜੀਰੀ ਖਾਵਾਂਗੀ ਮਾਮੀ ਤੋਂ ਨਹੀਂ ਨਹੀਂ ਰੀਤ ਸਾਡਾ ਹੱਕ ਬਣਦਾ ਹੈਗਾ ਲੈ ਮਾਮੀ ਬਣੀ ਜਾਵੇ ਹੱਕ ਇਹ ਗੱਲ ਸੁਣ ਛੋਟਾ ਹੱਕ ਬਣਦਾ ਪਰ ਮੈਨੂੰ ਵੀ ਦੇਖਣਾ ਚਾਹੀਦਾ ਵੀ ਮੇਰੇ ਰਿਸ਼ਤੇਦਾਰ ਭੈਣ ਭਾਈ ਕਿਹੋ ਜਿਹੇ ਆ ਜੇ ਮੈਂ ਤੁਹਾਨੂੰ ਮਜ਼ਬੂਰ ਕਰੂੰਗਾ ਗਲਤ ਕਰ ਲਾ ਤੁਸੀਂ ਲਿਆਓਗੇ ਭਾਵੇਂ ਤੁਹਾਡੇ ਕੋਲੇ ਰੁਪਈਆ ਨਹੀਂ ਖੱਬਾ ਸੱਜਾ ਕਰਕੇ ਤੁਸੀਂ ਲਿਆ ਕੇ ਦਿਓਗੇ ਮੈਨੂੰ ਸਾਰਾ ਕੁਝ ਕਰੋਗੇ ਪਰ ਇਹ ਗੱਲਾਂ ਠੀਕ ਨਹੀਂ ਹੁੰਦੀਆਂ ਆਪਣੇ ਭੈਣ ਭਾਈ ਰਿਸ਼ਤੇਦਾਰ ਨੂੰ ਦੇਖਣਾ ਚਾਹੀਦਾ ਆਪਣਾ ਮੂਲਾ ਰਿਸ਼ਤੇਦਾਰ ਕਿਹੋ ਜਿਹਾਗਾ ਉਹਨੂੰ ਉਹਨੇ ਹੀ ਉਹ ਕਰਨਾ ਚਾਹੀਦਾ ਸਹੀ ਗੱਲ ਆ ਪੰਜੀਰੀ ਆ ਪੰਜੀਰੀ ਮੈਂ ਬਣਾਉਂਗਾ ਜਿਹੜਾ ਕੋਈ ਲੀੜਾ ਕੱਪੜਾ ਉਹ ਸਾਰਾ ਮੈਂ ਲਿਆਉਂਗਾ ਮੈਂ ਕਹਦੂ ਭਾਈ ਸਾਡੇ ਮਾਮਾ ਤੇ ਮਾਮੀ ਨੇ ਦਿੱਤਾਗਾ ਠੀਕ ਹੈ ਗੱਲ ਹਾਂਜੀ ਪਰ ਤੁਸੀਂ ਸਿਰਫ ਕੱਲਾ ਹੋਣਾਗਾ ਦੇਖ ਮਾਮੀ ਚਲ ਕੋਈ ਨਹੀਂ ਜੇ ਰਿਸ਼ਤੇਦਾਰੀ ਰੱਖਣੀ ਆ ਜੇ ਐਂ ਕਰਨਾਗਾ ਵੀ ਅਸੀਂ ਲਿਆਵਾਂਗੇ ਵੀ ਅਸੀਂ ਘੱਟ ਨਾ ਰਹਿਜਗੇ ਫਿਰ ਆਪਣੀ ਕੋਈ ਮਾਮੀ ਨਹੀਂ ਮੇਰਾ ਕੋਈ ਮੇਰਾ ਮਾਮਾ ਨਹੀਂ ਦਾ ਚਲ ਭਾਈ ਅਸੀਂ ਤਾਂ ਕੁਝ ਨਹੀਂ ਲਿਆਉਂਦੇ ਬਸ ਬਸ ਆ ਬਣ ਕੇ ਗੱਲ ਆ ਰਿਸ਼ਤੇਦਾਰੀ ਹੁੰਦੀ ਹੈ ਜੇ ਬੰਦਾ ਸਮਝੇ ਤਾਂ ਭਾਵੇਂ ਕੋਈ ਕੁਛ ਮਰਜ਼ੀ ਕਹੀ ਚੱਲੋ ਜਿਹੜੀ ਮੇਰੀ ਸੋਚ ਆ ਗਈ ਉਹ ਮੇਰੇ ਨਾਲ ਹੀ ਸਹਿਮਤ ਆ ਗਈ ਪਤਾ ਕੀ ਹੈ ਮਾਮੀ ਤੁਸੀਂ ਤਾਂ ਕਿਸ ਤੋਂ ਪੈਸੇ ਧਾਰੇ ਚੱਕ ਕੇ ਲਿਆਉਂਗੇ ਸਾਡੇ ਘਰੇ ਸਾਰਾ ਕੁਝ ਹੈਗਾ ਚਲ ਕੋਈ ਨਾ ਰੀਤ ਤੀਆਂ ਪਿੱਛੇ ਦਾ ਸਭ ਕੁਝ ਕਰਨਾ ਪੈਂਦਾ ਨਹੀਂ ਕਰਨਾ ਪੈਂਦਾ ਮਾਮੀ ਜਦੋਂ ਮੈਂ ਇਹਨਾਂ ਦੀ ਧੀ ਬਣਾਈ ਹੋਈ ਆ ਫਿਰ ਤੁਹਾਨੂੰ ਕੀ ਲੋੜ ਆ ਮੇਰੀ ਟੈਨਸ਼ਨ ਕਰਨ ਦੀ ਚਲ ਫਿਰ ਇਹ ਵੀ ਠੀਕ ਹੈ ਬਸ ਤੁਸੀਂ ਆਉਂਦੇ ਜਾਂਦੇ ਮੈਂ ਟੈਨਸ਼ਨ ਨਹੀਂ ਲੈਂਦੀ ਮੈਂ ਹੁਣ ਵਿੱਚ ਦੀ ਆ ਜਾਾਂਗੀ ਮੇਰੀ ਗੱਲ ਸੁਣ ਲਾ ਤਾਂ ਤੂੰ ਖਿਆਲ ਕਰਦੇ ਵੀ ਅਸੀਂ ਤਾਂ ਬਾਰਾ ਕਰਦੇ ਆ ਮੇਰੇ ਕੋਲ ਤਿੰਨ ਜਵਾਕ ਹੋ ਗਏ ਤਿੰਨ ਹਾਂ ਉਹ ਤਾਂ ਮੈਨੂੰ ਪਤਾ ਹੈ ਇਹ ਸਭ ਤੋਂ ਵੱਡਾ ਜਵਾਕ ਹੈ ਇਹ ਸਭ ਤੋਂ ਵੱਡਾ ਹੈਗਾ ਦੋ ਜਵਾਕ ਹਸਪਤਾਲ ਤੋਂ ਉਹਨਾਂ ਨੂੰ ਲਿਆਉਂਗਾ ਉਹਨਾਂ ਨੇ ਇਹ ਖੜਾਈ ਜਾਇਆ ਕਰੂਗੀ ਤੇ ਮੈਂ ਤਿੰਨਾਂ ਨੂੰ ਖੜਾਇਆ ਕਰੂੰਗਾ ਇਹ ਦੋ ਨੂੰ ਖੜਾਇਆ ਕਰੂਗੀ ਤੇ ਫਿਰ ਰੀਤ ਮੈਂ ਹੁਣ ਆ ਵਾਸਤੇ ਨਾ ਵਗ ਜਾਉਣ ਵਾਲ ਕੋਈ ਆ ਦੇਖਾ ਟਾਈਮ ਆ ਦੇਖ ਟਾਈਮ ਵਾਸਤੇ ਕਿ ਜਾਣਾਗਾ ਤੁਹਾਨੂੰ ਮੋਟਰਸਾਈਕਲ ਤੇ ਛੱਡਿਆ ਉਹਨਾਂ ਨੂੰ ਛੱਡਿਆ ਫਿਰ ਹਾਂ ਹੋਰ ਫਿਰ ਟਾਈਮ ਨਾਲ ਪਹੁੰਚ ਜਾਉਂਗੀ ਇਹਨਾਂ ਹੀ ਚਾਰ ਗੱਲਾਂ ਮੈਂ ਮਾਰਿਆ ਉਹਦੇ ਨਾਲ ਹਾਂ ਹਾਂ ਇਹ ਵੀ ਠੀਕ ਹੈ ਫਿਰ ਰੀਤ ਕੋਲੇ ਕੌਣ ਹੈ ਮੇਰੇ ਕੋਲ ਕੌਣ ਆ ਕੋਈ ਨਹੀਂ ਕੋਈ ਤੂੰ ਦੋਨੇ ਪਈਆਂ ਨੇ ਅੰਦਰ ਮਰੀਜਣੀਆਂ ਉਹ ਕੋਈ ਗੱਲ ਨਹੀਂ ਫੇਰ ਕੀ ਹੋ ਗਿਆ ਪਈਆਂ ਗਿਆ ਤੂੰ ਕੋੜਾ ਉੱਠ ਕੇ ਜੰਗ ਲੜਨਾ ਜੇ ਕੋਈ ਨਾ ਭਾਈ ਕੋਈ ਚਾਹ ਪਾਣੀ ਦੀ ਲੋੜ ਪੈ ਜਾਂਦੀ ਹੈ ਉਹ ਮੁਕਰਾਮ ਹੈਗਾ ਮੁਕਰਾਮ ਤਾਂ ਕਿਤੇ ਮੈਨੂੰ ਕਾਫੀ ਨਾ ਪਿਆ ਦੇ ਉਹ ਤਾਂ ਨਹੀਂ ਪਤਾ ਜਦੋਂ ਨੂੰ ਭੁੱਖ ਲੱਗੀ ਤੈਨੂੰ ਪਤਾ ਉਹ 25-30 ਰੋਟੀਆਂ ਖਾਂਦਾ ਅੱਧੇ ਘੰਟੇ ਹੀ ਮੁੜ ਆਉਂਗਾ ਅੱਧੇ ਘੰਟੇ ਚ ਤੈਨੂੰ ਕੀ ਹੋ ਜਾਊਗਾ ਚੰਗਾ ਦੂਰਾ 2.5 ਕਿਲੋਮੀਟਰ ਆ ਸਾਨਾ ਪਿੰਡ ਚ ਕਿੰਨਾ ਕੁ ਟਾਈਮ ਲੱਗੂਗਾ 5 ਮਿੰਟ ਚੱਲ ਕੋਈ ਨਾ ਰੀਤ ਫਿਰ ਵਗ ਜਾਂਦੀ ਹੋਰ 10 ਮਿੰਟਾਂ ਚ ਕੀ ਜੇ ਚਾਹ ਪੀਣੀ ਹੁਣ ਬਣਾ ਕੇ ਦੇ ਜਾਣਾਗਾ ਨਹੀਂ ਨਹੀਂ ਖਾਣਾ ਪੀਣਾ ਕੁਝ ਨਹੀਂ ਮੁੱਕਾ ਰਾਮ ਇਹ ਜੇ ਨਹੀਂ ਪਤਾ ਹੀ ਕਹਦੇ ਮੈਡਮ ਜੀ ਮੈਨੂੰ ਤਾਂ ਭੁੱਖ ਲੱਗੀਆਂ ਕਰ ਤੁਸੀਂ ਖੜੇ ਹੋ ਕੇ ਰੋਟੀ ਬਣਾ ਦਿਓ ਮੈਨੂੰ
ਦੋ ਚਾਰ ਰੋਟੀ ਨਾਲ ਕੁਛ ਨੀ ਬਣ। ਚੱਲ ਕੋਈ ਨਾ ਫਿਰ ਉਹਦੇ ਨੂੰ ਮੁੜੇ ਆਉਣਗੇ, ਠੀਕ ਹੈ ਫਿਰ ਤਵੇਰਾ ਹੋ ਜੂ ਮੈਨੂੰ ਵੀਰੇ। ਚੰਗਾ ਰਹੀ ਤੇ ਫਿਰ ਬੋਲ ਮਾਰ ਗਈ ਮਾਂ ਨੂੰ ਵੀ ਮਾਂ ਇੱਥੇ ਲਿਆ ਦੀ ਮਾਂ ਆਪੀ ਚੀਜ਼ ਆ ਕੇ ਬਣਾ ਕੇ ਦੇਊਂਗਾ। ਠੀਕ ਗਿਆ ਤੇ ਆਇਆ ਚਲ ਠੀਕ ਹੈ, ਧਿਆਨ ਰੱਖੀ ਆਪਣਾ। ਚੰਗਾ ਮਾਮੀ। ਹੋਰ ਇਹਨੇ ਬੱਸਾਂ ਚੋਰੀ ਕਰਨ ਕੀ ਫਾਇਦਾ? ਮਾਮੀ ਨੂੰ ਸੂਟ ਲੈ ਦੀ ਰਾਤ ਸੋਣਾ ਜਾ। ਓ ਬਾਪੂ ਲਾਈ ਦੂੰ ਸਾਰਾ ਕੁਝ ਪਤਾ ਮੈਨੂੰ। ਚੰਗਾ ਸੱਚ ਕਿਵੇਂ ਫੋਨ ਕਰੀ ਜਾਂਦੇ ਸੀ? ਖੈਰ ਵੀ ਸੀ ਕੋਈ ਨੀ, ਸਾਨੂੰ ਤਾਂ ਪਹਿਲਾਂ ਗੱਲ ਕਰ ਲੈਂਦੇ ਮਾਮੀ। ਖੈਰ ਹੀ ਆ, ਮੈਂ ਤਾਂ ਛੱਡਣਾ ਆਇਆ ਸਵਾਈਸਰ। ਛੇਤੀ ਜਾਵੇ, ਮੈਂ ਹੋਰ ਵਿਆਹ ਕਰਵਾਵਾਂ। ਪਤਾ ਲੱਗ ਗਿਆ, ਮੈਂ ਵੀ ਤਾਂ ਹੀ ਕਹਿੰਦਾ ਮੈਂ ਛੱਡ ਕੇ ਆਊਂ ਬਾਈ, ਮੇਰੀ ਜ਼ਿੰਮੇਵਾਰੀ ਮੈਂ ਘਰੇ ਛੱਡ ਕੇ ਆਊਂਗਾ। ਮੁੜ ਕੇ ਮਾਮੇ ਨੇ ਮੇਰਾ ਖੜਾ ਛੱਡਣਾ? ਇਹ ਤਾਂ ਉਹਦੀ ਉਹਦੇ ਘੋੜੀ ਸਰਾਮ ਕੋਲੇ ਵੱਜਦਾ ਗਾ। ਪੁਲਿਸ ਵਾਲੇ ਨੂੰ ਕਿਹਾ ਸੀ ਆਹ, ਬਾਅਦ ਚ ਤੁਹਾਡੀ ਗਲਤੀ ਕਰਕੇ ਫੇਰ ਪੁਲਿਸ ਵਾਲੇ ਮੇਰੀ ਮੰਨਣੋਂ ਹਟ ਗਏ। ਹੈ ਮੈਂ ਜਾਂਦਾ ਨੀ, ਫੇਰ ਉਹ ਹਟਦੇ। ਮੈਂ ਪਹਿਲਾਂ ਜਾਂਦਾ ਹੁੰਦਾ ਵੀ ਮੈਂ ਮੰਡੀਰ ਜੀ ਬਾੜੀ ਗਾਹ ਪਾਉਂਦੀ ਆ, ਤੁਸੀਂ ਲਾਇਆ ਕਰੋ ਉੱਥੇ ਨਾਕਾ। ਉੱਥੇ ਨਾਕਾ ਲਾਉਂਦੇ ਹੁੰਦੇ ਸੀ, ਉਹ ਨਾਕਾ ਚੱਕ ਲਿਆ ਉਹਨਾਂ ਨੇ। ਹੁਣ ਪੁਲਿਸ ਵਾਲੇ ਵੀ ਕੀ ਕਰਨ? ਕਾਰਨ ਕੀ? ਚਲਾਨ ਆਪੇ ਕੱਟਣੇ, ਮੁੜ ਕੇ ਉਹ ਕਰਦੇ ਨੀ ਇਹ। ਜੇ ਮੜ ਕੇ ਪਕਾਦੇ ਕਿਹੜੇ ਆਹਾ ਪੁਲਿਸ ਵਾਲੇ ਨਾ ਚਲਾਨ ਕੱਟਦੇ ਆ, ਫੇਰ ਡਰਦੇ ਹੋਏ ਨੀ ਇਹ ਮੰਡੀਰ ਪੁਣਾ ਕਰਦੇ। ਮਾਮਾ ਉਹ ਤਾਂ ਆਪ ਵੀ ਦੇਖਣਾ ਚਾਹੀਦਾ, ਕੋਈ ਐਂ ਲੋਫਰ ਪੁਣਾ ਕਰਕੇ ਤੇ ਮੋਟਰਸਾਈਕਲ ਭਜਾ ਕੇ ਕੋਈ ਜ਼ਿਆਦਾ ਨੀ ਉਹ, ਬਾਅਦ ਚ ਮੁੜ ਕੇ ਬੇਰਾ ਹੱਥ ਨੀ ਆਉਂਦਾ। ਮਾਂ ਪਿਓ ਦੇਖ ਲਾ, ਮਾਂ ਪਿਓ ਪਾਲ ਕੇ ਕਿੱਡਾ ਧੀ ਪੁੱਤ ਨੂੰ ਕਿੱਡਾ ਕਰਦਾ ਗਾ, ਤੇ ਬਾਅਦ ਚ ਇਹ ਰਿਛਾਂ ਦੇ ਕੇ ਤੇ ਪਤਾ ਵੀ ਲੱਗਦਾ ਮੁੜ ਕੇ ਪਹਿਚਾਣ ਵੀ ਨੀ ਆਉਂਦੀ ਵੀ ਕਿਹਦਾ ਗਾ। ਆਈ ਆ ਉਦੋਂ ਇੱਕ ਵਾਰੀ ਕੀ ਗੱਲ ਸੁਣਾਉਣਾ ਮੈਂ, ਆ ਦੂਜਾ ਕਿਸ਼ਤਾਂ ਤੇ ਲਿਆਇਆ ਮੋਟਰਸਾਈਕਲ 2500, ਦਿਵਾਲੀ ਆਫਰ ਨਿਕਲਿਆ ਹੋਇਆ 2500 ਭਰ ਕੇ ਮੋਟਰਸਾਈਕਲ ਤੇ ਲਿਆ ਆ, ਤੇ ਦਾਰੂ ਪੀ ਲਈ ਰਾਤ ਨੂੰ ਬਈ ਪਾਰਟੀ ਕਰ ਮੋਟਰਸਾਈਕਲ ਦੀ। ਪਾਰਟੀ ਕਰ ਲਈ, ਡੱਕੇ ਫਿਰ ਦੈ ਦਵਾਲਰ ਰੇਸਾਂ ਆਇਆ ਦੇਣ, ਤੇ ਕੀ ਹੋਇਆ ਅੱਗੇ ਬਜਰੀ ਸੀ, ਕਿਸੇ ਨੇ ਘਰ ਪਾਈ ਜਾਂਦਾ ਸੀ, ਬਜਰੀ ਤੋਂ ਤਿਲਕ ਗਿਆ ਸਾਰਾ ਮੂੰਹ ਸਾਰਾ ਕੁਝ। ਮੁੜ ਕੇ 3 ਮਹੀਨੇ ਹਸਪਤਾਲ ਚ ਰਿਹਾ, ਬਹੁਤ ਸ਼ੀਸ਼ੇ ਚ ਦੇਖਿਆ ਕਰ ਸੀ ਆਂ ਚੂ। ਆਪਾਂ ਜਿਹੜੀ ਇਹ ਚੀਜ਼ ਬਣੀ ਆ ਚਲਾਉਣ ਵਾਸਤੇ ਬਣੀ ਆ ਵੀ ਆਪਣਾ ਮੌਕੇ ਤੇ ਡੰਗਾ ਲੈ ਜਾਂਦਾ, ਇਹਦਾ ਮਤਲਬ ਇਹ ਤਾਂ ਨੀ ਜੇ 500 ਜਾਂ 1000 ਭਰ ਕੇ ਆਪਾਂ ਲਿਆਏ ਤੇ ਬਾਅਦ ਚ ਆਪਾਂ ਬਾਜ਼ਾਰਾਂ ਚ ਗੇੜੇ ਦੇ ਜਾ ਕੇ। ਮੈਂ ਇਹ ਗੱਲ ਨੂੰ ਕਹਿਣਾ ਕਾਨੂੰ ਭਾਈ, ਇਹ ਵੀ ਐਂ ਕਰਦਾ ਹੁੰਦਾ, ਇਹ ਵੀ ਫੁਕਰਾ ਹੋਇਆ ਲੈ ਕੇ ਆਇਆ। ਦੋ ਦਿਨ ਹੋਏ ਸੀ ਲਿਆਂਦੇ ਨੂੰ, ਤੀਜਿਆਂ ਨੂੰ ਟੋਬੇ ਤੇ ਲੈ ਗਿਆ, ਕਹਿੰਦਾ ਵੀਡੀਓ ਕਿਲੇ ਬਣਾਇਆ ਉਹਦੇ ਚਕਾਇਆ ਆ। ਤੂੰ ਬਾਹਰ ਦੀ ਗੱਲ ਦੱਸਿਆ ਕਰ, ਦੰਦਰਾ ਕੋਲ ਪਿੱਛੇ ਲੱਗੀ ਹੋਈ ਸੀ ਜਿਹਦੇ 3 ਮਹੀਨੇ ਹੋ ਗਏ, ਮੈਂ ਦਿਮਾਗ ਖਰਾਬ ਕੀਤਾ। ਉਹ ਮੇਰਾ ਬਿਜ਼ਨਸ ਸੀ ਇਹ, ਜੀ ਬਿਜ਼ਨਸ ਇਹ ਕੀ ਗੱਲ? ਬਾਹਰ ਦੀ ਗੱਲ ਦੱਸ ਨਾ, ਦੂਜਿਆਂ ਨੇ ਕੀ ਦੱਸਦਾ ਕਿ ਮੈਂ ਵੀ ਫੋਨ ਚਕਾਇਆ ਟੋਬੇ ਤੋਂ? ਛੋਟੀ ਬੇਇੱਜ਼ਤੀ ਹੁੰਦੀ ਹੈ ਵਿੱਚ ਛੋਟੀ। ਮਾਮੀ ਤੂੰ ਵੀ ਗੱਲ ਸੁਣ, ਉਹ ਕਿਹੜਾ ਇਹ ਭਜਾਉਂਦਾ ਸੀਗਾ ਵੀ ਮੋਟਰ ਕਰਦਾ ਸੀਗਾ, ਉਹ ਤਾਂ ਹੁਣ ਵੀਡੀਓ ਬਣਾਉਂਦਾ ਸੀ, ਆਪ ਦੂਰ ਵੱਗ ਗਿਆ ਬਣਾਉਂਦਾ ਬਣਾਉਂਦਾ, ਉਹ ਗੁਰੇ ਸੱਪ ਛੱਡੀ ਜਾਂਦੀ ਆ ਯਾਰ, ਇਹਦਾ ਮੂੰਹ ਨਹੀਂ ਰਿਹਾ ਉਹ ਤੇ ਗੱਲ ਹੋਈ ਦੱਸੀ ਆ ਨਹੀਂ ਸਾਰੀ ਗੱਲ ਮੈਨੂੰ, ਚੱਲ ਹੋ ਗਈ ਹੋ ਗਈ। ਚੱਲ ਤੈਨੂੰ ਦੱਸੀ ਸੀ ਨਾ ਗੱਲ, ਹੁਣ ਇਹਨੂੰ ਮੈਂ ਦੇਖਾ ਪਰਮਾਤਮਾ ਨੇ ਆਪਣੀ ਵਧੀਆ ਸੋਚ ਲਈ, ਇਹਨੂੰ ਗਿਫਟ ਚ ਮੈਂ ਦਊਂਗਾ ਹੁਣ। ਹੁਣ ਮੈਂ ਉਹ ਮੋਬਾਈਲ ਹੁੰਦਾ ਮੇਰੇ ਕੋਲ, ਮੈਂ ਧਰਨੇ ਤੇ ਜਾਣਾ ਸੀ ਉੱਥੇ ਸੰਘੂ ਬਾਰਡਰ ਤੇ, ਹੈ ਸਾਰੇ ਕਿਸਾਨਾਂ ਦੇ ਕਿਹੜੀ ਉਹ ਹੋ ਜਾਂਦੀ ਆ
ਮਤਲਬ ਧਰਨੇ ਪੁਲਿਸ ਵਾਲੇ ਅਤਿਆਚਾਰ ਕਰੀ ਜਾਂਦਾ ਸਾਰੇ ਆਲਡ ਵਰਲਡ ਚ, ਉਹ ਵੀਡੀਓ ਜਾਂਦੀ ਮੇਰੀ ਭਾਈ ਦੱਸਦਾ ਖਬਰਾਂ ਜਾਂਦੀਆਂ, ਹੁਣ ਛੋਟੇ ਕਰਕੇ ਦੇਖ ਲਾ ਆਹ ਕੰਮ ਹੋਇਆ ਤਾਂ ਮੈਂ ਚੁਕਾ ਤਾ ਫਾ ਤੇ ਹੋਰ ਫੁਕਰਾ ਤਾਂ ਤੂੰ ਮੰਨ ਰਿਹਾ ਸੀ ਮਾਮਾ ਜੀ ਆਹ ਗੱਲ ਆ ਗਈ ਆ ਲੈ ਤੂੰ ਨਾ ਆਇਆ ਤੂੰ ਤਾਂ ਨਿੱਤ ਜਾ ਆ ਲੈ ਓਏ ਮੋਬਾਈਲ ਨਹੀਂ ਇਹ ਵੀਡੀਓ ਆਈ ਪਾਈ ਫੋਨ ਤੇ ਬਣਦੀ ਹੈ ਇਹ ਤੇ ਕਿਹੜੀ ਵੀਡੀਓ ਸਾਫ ਆਊਗੀ ਇਹਦੇ ਮੂੰਹ ਹੀ ਨਹੀਂ ਦਿਸਣੇ ਉਹਦੇ ਰਿਸ਼ਤੇਦਾਰ ਨੂੰ ਤੂੰ ਭੰਡੇ ਲੱਗ ਜਾਏਗਾ ਇਹ ਕੰਮ ਨੀ ਆਪਦੇ ਉਹਤੇ ਲਵਾਂ ਰਿਸ਼ਤੇਦਾਰੀ ਹੈਗੀ ਆਪਾਂ ਨੀ ਰਿਸ਼ਤੇਦਾਰੀ ਖਰਾਬ ਕਰਨੀ ਪੈਸੇ ਕਰਕੇ ਰਿਸ਼ਤੇਦਾਰੀ ਖਰਾਬ ਕਰਨੀ ਹੁੰਦੀ ਹਾਂ ਭਾਈ ਉਹ ਫੇਰ ਚੁਕਾ ਦੂਗਾ ਪਹਿਲਾਂ ਉਹਦੀਆਂ ਤਾਂ ਕਿਸ਼ਤਾਂ ਨਹੀਂ ਪੂਰੀਆਂ ਹਾਂਗਾ ਦੇਖ ਤੈਨੂੰ ਸੁਣਾਇਆ ਮੈਨੂੰ ਚੰਗਾ ਨਹੀਂ ਲੱਗਦਾ ਕੋਈ ਗੱਲ ਨਹੀਂ ਠੀਕ ਆ ਇਹ ਕੰਮ ਨਹੀਂ ਕਰਦੇ ਮੈਂ ਦਿੱਤਾ ਸਾਰਾ ਕੁਝ ਹੈਗਾ ਸਾਡੇ ਕੋਲ ਵੀ ਸਾਰਾ ਕੁਝ ਆ ਹੁਣ ਕਣਕ ਆਉਣ ਲੱਗੇ ਵੇਚ ਕੇ ਕਣਕ ਫੇਰ ਲਿਆਉਂਗਾ ਚੱਲ ਤੂੰ ਫਿਰ ਉਦੋਂ ਦੇ ਦੇਈ ਜਰਾ ਇੰਨੇ ਹੀ ਉਹ ਆ ਬੱਟਾ ਪੈਸੇ ਮਾਰਦੀ ਫਿਰ ਨਹੀਂ ਨਹੀਂ ਆਏ ਨਹੀਂ ਰਿਸ਼ਤੇ ਪੈਸੇ ਖਰਾਬ ਹੁੰਦੇ ਪੈਸਾ ਤਾਂ ਖਰਾਬ ਹੁੰਦੀ ਨਹੀਂ ਕਿਵੇਂ ਖਰਾਬ ਹੋਊ ਮੈਨੂੰ ਮੈਂ ਤਾਂ ਘਰ ਸੁਣ ਜੇ ਦੇ ਦੇਗਾ ਤਾਂ ਵੀ ਨਹੀਂ ਖਰਾਬ ਹੁੰਦੀ ਨਾ ਦੇਗਾ ਤਾਂ ਵੀ ਨਹੀਂ ਖਰਾਬ ਹੁੰਦੀ ਚੱਲ ਮੈਂ ਚਾਹ ਬਣਾ ਕੇ ਲਿਆਉਣੀ ਹੈਗੀ ਹੈ ਨਾ ਦੇਖ ਲਾ ਕਿਹਨੂੰ ਦੇਖ ਲਾਂ ਇਹਨੂੰ ਬਣਾ ਦੇ ਮੈਂ ਤਾਂ ਨਹੀਂ ਪੀਣੀ ਚਾਹ ਕਿਉਂ ਭਾਈ ਤੈਨੂੰ ਉਹਨੇ ਕੀ ਕੀ ਅਸੀਂ ਰੀਤ ਨੇ ਕਿੰਨਾ ਟਾਈਮ ਦੇ ਕੇ ਆਇਆ ਨੂੰ ਮੈਂ ਤੈਨੂੰ ਪਤਾ ਨਾ ਮੈਂ ਤਾਂ ਤੈਨੂੰ ਬੱਸ ਤੇ ਚੜਾਉਣ ਦੇ ਮਾਰੇ ਨਹੀਂ ਗਿਆ ਮੈਂ ਅੱਜ ਕੱਲ ਟਾਈਮ ਹੈ ਨਹੀਂ ਗਈ ਤੇ ਅੱਜ ਕੱਲ ਬੱਸਾਂ ਵੀ ਤੈਨੂੰ ਪਤਾ ਇਹ ਜੇ ਦਿਮਾਗ ਕੀ ਮੋਟਾ ਇੰਨੇ ਟਾਈਮ ਚ ਗੱਲਾਂ ਮਾਰੀ ਨਾ ਚਾਹ ਬਾਣੇ ਦੋ ਆਪਾਂ ਇੱਕ ਇੰਨਾ ਪਾਣੀ ਪਾ ਕੇ ਦੁੱਧ ਗਲਾਸ ਦਾ ਆਪਾਂ ਮਿੰਟ ਚ ਬਣ ਕੇ ਆ ਜਾਂਦੀ ਉਹ ਮੇਰੇ ਪਾਪੇ ਦਿਮਾਗ ਮੋਟਾ ਜਿਹੜੇ ਪਤਲੇ ਦਿਮਾਗ ਦੀ ਉਹ ਲਿਆ ਹੁਣ ਫਿਰ ਬਾ ਲੜ ਨੂੰ ਰਹਿੰਦੀ ਆ ਇਹ ਦਿਮਾਗ ਨਹੀਂ ਕੰਮ ਕਰਦੀ ਰਿਸ਼ਤੇਦਾਰ ਤਾਂ ਕਹਿੰਦੇ ਹੁੰਦੇ ਵੀ ਚਾਹ ਨਹੀਂ ਪੀਂਦਾ ਮੈਂ ਪੀਂਦਾ ਨਹੀਂ ਤਾਂ ਪਤਾਗਾ ਮਤਾਂ ਇਹਨੂੰ ਪਤੀ ਸਾਰੀ ਗੱਲ ਦਾ ਤਾਂ ਇਹ ਪੀਣ ਵਾਲੀ ਗੱਲ ਜੇ ਹੁੰਦੀ ਤਾਂ ਆਪ ਅੱਗੇ ਨਹੀਂ ਪੀ ਕੇ ਜਾਂਦਾ ਇੱਥੇ ਕਿ ਅੱਗੇ ਕਿਸੇ ਦੇ ਘਰੇ ਆਇਆ ਸੀ ਮਾਮੀ ਨੂੰ ਕਹਿ ਕੇ ਗਿਆ ਸੀ ਪਹਿਲਾਂ ਪਹਿਲਾਂ ਚਾਹ ਪਿਆ ਫਿਰ ਜਾਊਂਗਾ ਮੈਂ ਜੋ ਪੀਣੀ ਹੋਈ ਤਾਂ ਪੀ ਮੈਂ ਜਾਣਾ ਇਹ ਤਾਂ ਗੱਲ ਉਹ ਹੋਈ ਪੀਆ ਮੈਂ ਦੱਸ ਸਕਦਾ ਹੁਣ ਤਾਂ ਸਕਾਬ ਤੇ ਦੱਸ ਹੀ ਦਿੰਦਾ ਨਾ ਨਾ ਮੈਂ ਚਾਹ ਬਣਾ ਕੇ ਲਿਆਉਣੀ ਪਹਿਲਾਂ ਤੇਰੇ ਗੁੰਗਾ ਬਣਿਆ ਗਵਾ ਨਾ ਨਾ ਪਹਿਲੇ ਇੱਥੇ ਤੇ ਉਹ ਗਾ ਸਾਡੇ ਘਰ ਚ ਤੋ ਹੋਇਆ ਪਿਆ ਗੁੰਗਾ ਬਣਿਆ ਗਵਾ ਬੁੜਾ ਸੋਹਣੇ ਦਲੀਲਾਂ ਹਾਂ ਝੂਠ ਜਿੱਤ ਗਿਆ ਸੱਚ ਹੋਏ ਜਲੀਲ ਹੁਣ ਜੇ ਮੈਂ ਸੱਚੀ ਗੱਲ ਦੱਸ ਦਿੰਦਾ ਤੇ ਮੈਨੂੰ ਜਲੀਲ ਕਰਦੇ ਆ ਇਹ ਹੈਂ ਝੂਠ ਜਿੱਤ ਜਾਂਦਾ ਇਹ ਵਾਰੀ ਕੋਈ ਤੈਨੂੰ ਜਲੀਲ ਕਰਦਾ ਮਾਮਾ ਕਿਉਂ ਤੂੰ ਉਹ ਉੱਪਰੇ ਗੱਲਾਂ ਕਰ ਲੱਗਾ ਨਾ ਉੱਪਰੇ ਹਾਂ ਤੇ ਬਾਕੀ ਸਿਰੇ ਰਹੀ ਗੱਲ ਆਇਆ ਸੀ ਦੇਖ ਜੇ ਰਿਸ਼ਤੇਦਾਰੀ ਰੱਖਣੀ ਆ ਤਾਂ ਮਾਰ ਤਾਂ ਤੈਨੂੰ ਲੈਣਾ ਪਊਗਾ ਹਾਂ ਮੋਬਾਈਲ ਤੇ ਲਵਾਂਗੇ ਜਾਨਾ ਮੈਂ ਧਰਨੇ ਚ ਮੈਂ ਤਾਂ ਤਾਂ ਨਹੀਂ ਜਾਂਦਾ ਪਿਆ ਉਹ ਧਰਨੇ ਜਾਵਾਂਗੇ ਉੱਥੇ ਠੀਕ ਹੈ ਉਹ ਕਈ ਵਾਰੀ ਅੱਖ ਉੱਖ ਲੱਗ ਜਾਂਦੀ ਬੰਦੇ ਦੀ ਤੇ ਮੋਬਾਈਲ ਹੋਊਗਾ ਮਹਿੰਗਾ ਕੋਈ ਚੋਰੀ ਚੋਰੀ ਵੀ ਹੋ ਜਾਂਦੀ ਕਈ ਵਾਰ ਉੱਥੇ ਬਾਲੇ ਬਾਹਰ ਤਰ੍ਹਾਂ ਦੇ ਬੰਦੇ ਹੁੰਦੇ ਆ ਜਾਣ ਕੇ ਇਹਨੂੰ ਮੈਂ ਉਹ ਕਰਦਾ ਹੁਣ ਪੈਸਾ ਤਾਂ ਮੇਰੇ ਕੋਲ ਵਾਧੂ 5-4 ਲੱਖ ਰੁਪਏ ਮੈਂ ਰੱਖਦਾ ਕੋਲੇ ਉਹੀ ਤੈਨੂੰ ਅੱਜ ਦੱਸਦਾ ਮੈਂ ਇਹੋ ਜਿਹਾ ਕੰਮ ਦੱਸਦਾ ਨੀ ਹੁੰਦਾ ਕਿਉਂ ਇਹ ਕਿਹੜੇ ਆਪਦੀ ਮੁੱਠੀ 4 ਰੁਪਏ ਰਹਿਣਗੇ ਨਾ ਤੇ ਹੁਣ ਬਾਪੂ ਦਾ ਕੀ ਪਤਾ ਕਦੋਂ ਡੈਥ ਹੋ ਜਾਵੇ ਵਿਚਾਰੇ ਦੀ ਕਿਉਂ ਮਾਰੇ ਕਿਉਂ ਕਈ ਵਾਰ ਬਜ਼ੁਰਗ ਆ ਹੁਣ ਕਈ ਵਾਰ ਢਿੱਲਾ ਹੋ ਜੇ ਹਸਪਤਾਲ ਤੇ ਐਡਾ ਥੱਬਾ ਚਾਹੀਦਾ ਹੈ ਦੇਖਣੇ ਪੈਂਦੇ ਆ ਹੈ ਕਈ ਵਾਰ ਕਿਉਂ ਰੱਬ ਨੂੰ ਆਪਾਂ ਰੱਬ ਨੂੰ ਜਾਣਦੇ ਨਹੀਂ ਇੱਕ ਦਿਨ ਸਾਰਿਆਂ ਨੇ ਜਾਣਾ ਬਾਪੂ ਦਾ ਕੀ ਪਤਾ 1-2 ਸਾਲ ਕੋਈ 4 ਰੁਪਿਆ ਦੀ ਮੁੱਠੀ ਚ ਆਵਾਂਗੇ ਕਿਸੇ ਕੋਲ ਮੰਗਣ ਜੋਗੇ ਤੇ ਨਹੀਂ ਆਵਾਂਗੇ ਬਾਅਦ ਚ ਲੋਕ ਕੀ ਕਹਿੰਦੇ ਹਲੋ ਚਾ ਤੇ ਮਾਮੇ ਤੈਨੂੰ ਪਤਾ ਤਾਂ ਸੀ ਥੋੜੀ ਜਿਹੀ ਪਈ ਤੇ ਹੁਣ ਬਾਪੂ ਚਾੜਤਾ ਗੱਡੀ ਉਹ ਖਰਚਾ ਯਾਰ ਗੱਲ ਲਾ ਕਰਦੇ ਪਏ ਹੋਰ ਹੀ ਵਿੱਚ ਆ ਯਾਰ ਤਿਆਰੀ ਕਰੀ ਜਾਂਦਾ ਸਾਰੇ ਅੱਛਾ ਤਿਆਰੀ ਕਰੀ ਜਾਂਦਾ ਉਹ ਖਰਚਾ ਨਹੀਂ ਸਰਪੰਚਾ ਤੂੰ ਸਿਆਣੀ ਗੱਲ ਕਰ ਆਪ ਸਿਆਣੀ ਤਾਂ ਮੈਂ ਕਹਿੰਦਾ ਵੀ ਹਿਸਾਬ ਲਾਈ ਜਾਂਦਾ ਮੈਂ ਵੀ ਹਾਂ ਮੁੜ ਕੇ ਕੋ ਪਾ ਲੈ ਪਿਓ ਦੇ ਭੋਗ ਤੇ ਨਾ ਆ ਮੰਗ ਮੰਗ ਪੈਸੇ ਲਾਏ ਆ ਲੋਕਾਂ ਐ ਕੋ ਕਹਿਣਗੇ ਮੈਂ ਤੈਨੂੰ ਦੱਸਾਂ ਗੱਲ ਸਭ ਦੀ ਸੋਚ ਅਡੋਡੀ ਹੁੰਦੀ ਆ ਪਰ ਮੰਮੀ ਤੂੰ ਕਹਿਦੀ ਤੂੰ ਇੱਥੇ ਸਰਪੰਚਾ ਇੱਥੇ ਗਲਤ ਆਂਗਾ ਜਿਹੜੇ ਰਿਸ਼ਤੇਦਾਰੀ ਹੁੰਦੀ ਆ ਬਰਤਨ ਵਾਸਤੇ ਹੁੰਦੀ ਕਿ ਨਹੀਂ ਹੁੰਦੀ ਬਰਤਨ ਖਤਰ ਹੁੰਦੇ ਨੇ ਭਈ ਇੱਕ ਤਾਂ ਰਿਸ਼ਤੇਦਾਰ ਨੂੰ ਦੋ ਤਰ੍ਹਾਂ ਦੇ ਹੁੰਦੇ ਨੇ
ਇੱਕ ਤਾਂ ਆਪਾਂ ਕਿਸੇ ਬਿਨਾਂ ਗੱਲਬਾਤ ਤੰਗ ਕਰਨਾ, ਜੇ ਆਪਾਂ ਬਿਨਾਂ ਗੱਲਬਾਤ ਉਹ ਕਿਸੇ ਨੂੰ ਤਾਈ ਜਾਵਾਂਗੇ 5,000 ਦੇ ਦੇ 10,000 ਦੇ, ਉਹ ਹੁੰਦਾ ਗਾ ਲਾਲਚ। ਜਦੋਂ ਆਪਾਂ ਰਿਸ਼ਤੇਦਾਰੀ ਉਹ ਹੁੰਦੀ ਹੈ ਜਦੋਂ ਬੰਦੇ ਦੀ ਮਜ਼ਬੂਰੀ ਪੈਂਦੀ ਹੈ, ਵੇਲੇ ਵੇਲੇ ਬੰਦਾ ਪੈਸੇ ਲੈਂਦਾ ਉਹ ਰਿਸ਼ਤੇਦਾਰ ਤੋਂ ਹੀ ਲੈਂਦਾ ਹੁੰਦਾ, ਠੀਕ ਹੈ। ਉਹ ਜੇ ਆਪਾਂ ਗੱਲ ਤੋਂ ਫੜੇ ਆ ਉਹਨੂੰ ਪਿਆਰ ਨਾਲ ਮੋੜੋ, ਉਹ ਤਾਂ ਠੀਕ ਹੈ। ਫਰਕ ਫਰਕ ਕਦੋਂ ਪੈਂਦਾ ਗਾ ਜਦੋਂ ਆਪਾਂ ਪੈਸਾ ਲੈ ਕੇ ਪਾਸੇ ਮੂੰਹ ਕਰ ਲੈਂਦੇ, ਉਦੋਂ ਫਰਕ ਪੈਂਦੇ ਆ ਇਹ। ਉਹ ਸਾਰ ਫਿਰ ਤਾਂ ਹੀ ਤਾਂ ਹੋਏ, ਗੱਲ ਤੇ ਉਹੀ ਆ ਗਈ ਨਾ, ਪੰਜੇ ਉਂਗਲਾਂ ਇੱਕ ਬਰਾਬਰ ਨਹੀਂ ਹੁੰਦੀਆਂ। ਪੰਗਾ ਤਾਂ ਹੈ, ਚਾਰ ਦੋ ਚਾਰ ਰਿਸ਼ਤੇਦਾਰੀਆਂ ਹੋਣਗੀਆਂ ਵਰਤਣ ਵਾਲੀਆਂ ਹੁੰਦੀਆਂ, ਹੁਣ ਸਹੁਰੇ ਹੋ ਗਏ, ਭੂਆ ਹੋ ਗਿਆ, ਇਹ ਵਰਤਣ ਵਾਲੇ ਰਿਸ਼ਤੇਦਾਰੀਆਂ, ਮੁੜ ਕੇ ਫਿਰ ਔਖਾ ਹੋ ਜਾਂਦਾ ਨਾ ਬਾਅਦ ਚ, ਫਿਰ ਰਿਸ਼ਤੇਦਾਰੀ ਕਿਹੜੀ ਪੈਸੇ ਦੇ ਮੁੱਕ ਹੋ ਜਾਂਦਾ। ਚੱਲ ਕਈ ਵਾਰੀ ਬੰਦੇ ਮੈਂ ਚੱਲ ਸਹੁਰੇ ਮੇਰੇ ਚੱਲ ਸਹੁਰਿਆਂ ਨੇ ਦੇਤੇ ਪੈਸੇ, ਕਿਹੜੇ ਅੱਗੇ ਨੂੰਹਾਂ ਆਈਆਂ ਹੁੰਦੀਆਂ ਉਹ ਕਹਿ ਦਿੰਦੀਆਂ, ਲੈ ਆਪਦੀ ਕੁੜੀ ਨੂੰ ਖਵਾਈ ਜਾਂਦੇ ਪੈਸੇ, ਆਪਦੇ ਪ੍ਰਾਹੁਣੇ ਨੂੰ ਦੇਈ ਜਾਂਦੇ, ਤੇ ਸਾਡੇ ਵਾਰੀ ਜ਼ਹਿਰ ਆ ਪੈਸਾ ਮੁੱਕ ਗਿਆ। ਕਿਉਂ ਜੇ ਆਪਦੇ ਉਹਦੇ ਭਰਾ ਭਰੂ ਮੰਗਦੇ, ਨੂੰਹ ਦੇ ਭਰਾ ਮੰਗਦੇ, ਕਈ ਵਾਰੀ ਨਹੀਂ ਹੁੰਦੇ ਪਏ, ਲੈ ਆਪਦੀ ਕੁੜੀ ਨੂੰ ਦੇਤੇ ਪੈਸੇ ਤੇ ਸਾਡੇ ਵਾਰੀ ਪੈਸੇ ਮੁੱਕ ਗਏ, ਐ ਲੜਾਈਆਂ ਫਿਰ ਘਰੇ ਬਾਹਲੀਆਂ ਲੜਾਈਆਂ ਪੈਂਦੀਆਂ। ਸੋਚ ਹੀ ਬਾਹਲੀ ਡੂੰਗੀ ਆ ਭਾਈ, ਉਹ ਸੋਚ ਸਹੀ ਆ ਮੇਰੀ, ਮਾਰੀ ਜਾਨੀ ਹੈ ਹੁਣ। ਜੇ ਤੇਰੀ ਭਰਜਾਈ ਨੇ ਪੈਸੇ ਮੰਗ ਲਏ, ਤੇਰੇ ਭਰਾ ਭਰਜਾਈ ਦੇ ਤੇ ਭਰਾ ਨੇ ਪੈਸੇ ਮੰਗ ਲਏ, ਤੇਰੇ ਮਾਂ ਪਿਓ ਕੋਲ ਨਾ ਹੋਣ ਤੇ ਤੈਨੂੰ ਪੈਸੇ ਦੇ ਦੇਣ, ਲੜਾਈ ਪਊ ਕਿ ਨਹੀਂ ਪਊ? ਵੀ ਉਹਨਾਂ ਦਾ ਘਰ ਉਹ ਆਪਦੇ ਘਰ ਚ ਕਿਵੇਂ ਮਰਜ਼ੀ ਸੁਲਝਣ, ਲੈ ਪੰਗਾ ਆਪਾਂ ਜ਼ਰੂਰੀ, ਆਪਾਂ ਆਪਦੀ ਤਿਆਰੀ ਰੱਖੋ, ਆਪਦੇ ਕੋਲ ਜ਼ਰੂਰ ਪੈਸੇ ਰੱਖੇ ਆਪਦੇ। ਤੁਹਾਨੂੰ ਤਾਂ ਬੁੜੇ ਨੂੰ ਮਾਰਨਾ ਹੈ, ਚਾੜ ਦੇ ਗੱਡੀ। ਉਹ ਐ ਨਹੀਂ ਕਹਿੰਦਾ ਮੋਟੇ ਦਿਮਾਗ ਦੀਏ, ਪੈਸਾ ਆਪਦੇ ਕੋਲ ਹੋਣਾ ਚਾਹੀਦਾ, ਬਾਪੂ ਕਦੇ ਬਿਮਾਰ ਹੋ ਗਿਆ ਫੇਰ। ਭਾਈ ਉਹਦੀ ਵੀ ਸੁਣ ਲੈ ਗੱਲ, ਇਹੀ ਸੁਣਦਾ ਪਿਆ ਸੀ। ਆ ਬਈ ਹੋਰ ਚਾਹ ਪੀ ਲਈ? ਬਸ ਬਸ ਚਾਹ ਪੀ ਲਈ। ਰੋਟੀ ਖਾ ਲੈ। ਨਾ ਨਾ ਕਾਹੀ ਲੋੜ ਨਹੀਂ, ਰੋਟੀ ਖਾ ਗਏ, ਸਾਰਾ ਕੁਝ ਕਰਕੇ ਆਏ। ਮੈਂ ਵੀ ਤੂੰ ਸੁਣ ਪਾ ਲੈਣਾ, ਉਹ ਤਾਂ ਵਿੱਚੀ ਵੀ ਆ, ਮੈਂ 5-7 ਮਿੰਟ ਹੋ ਗਿਆ ਤੇਰਾ ਦਿਮਾਗ ਹੈ, ਤੈਨੂੰ ਪਤਾ ਹੀ ਆ। ਉਧਰ ਮਾਂ ਵੀ ਦੋਨੇ ਮਾਮੇ ਟੇਰੇ ਰਹਿੰਦੀਆਂ ਗਈਆਂ, ਜੇ ਮੈਂ ਇੱਥੇ ਬਹਿ ਗਿਆ ਤੇ ਜਾ ਕੇ ਉੱਥੇ ਨਾਲ ਹੀ ਮੈਂ ਪੈ ਜੂ ਉਹਨਾਂ ਦੇ, ਤੈਨੂੰ ਸਾਰਾ ਸਾਹਮਣੇਗਾ। ਚਾਪੀ ਉਹਦਾ ਧਿਆਨ ਰੱਖੀ ਕੁੜੀ ਦਾ। ਹਾਰੀ ਤਾਂ ਧਿਆਨ ਰੱਖ, ਤੇਰਾਣੀਆਂ ਮਾਰੇ ਜਿਹੜਾ ਅੱਜ ਤੂੰ ਚਲਾਉਣਾ, ਮੈਂ ਆਉਣਾ, ਮੈਂ ਇਸੇ ਨੂੰ ਭੇਜੂਗੀ ਹੁਣ ਵਿੱਚ ਦੀ, ਇਹਨੂੰ ਭੇਜੂਗੀ। ਹੋਰ ਹੁਣ ਉੱਥੇ ਸੀ, ਮੈਂ ਵੀ ਪਤਾ ਲਿਆ, ਹੁਣ ਉੱਥੇ ਕੀ ਘਰੇ ਸੁੱਖ ਸ਼ਾਂਤੀ ਨਾਲ ਘਰੇ ਆ ਗਏ, ਨਹੀਂ ਬਹੁਤ ਆ ਕੀ ਕਰੇ ਐਂ ਕਰੀ, ਇਹਨੂੰ ਲੈ ਇਹਨੂੰ ਮੋਬਾਈਲ ਲੈ ਕੇ ਦੇ ਮੰਗ ਲੈਂਦਾ। ਹੋਰ ਚੰਗਾ ਹੈ ਨਾ, ਫਿਰ ਅਸੀਂ ਉਹਦਾ ਦੇ ਲੈ ਕੇ ਦੇ ਫੋਨ ਲੈ ਕੇ ਦੇ ਦਾਂਗੇ। ਹਾਂ ਕੋਈ ਉਹ ਕਰਦਾ ਹੁਣ ਜੇ, ਹਾਂ ਯਾਰ ਐਂ ਤਾਂ ਠੀਕ ਹੈ, ਇੱਧਰ ਨਾ ਡਿੱਗ ਜੀ ਬਾਬਾ ਕਰੂ, ਨਹੀਂ ਡਿੱਗਦਾ ਬਾਬਾ ਜੀ, ਮੰਜੇ ਤੇ ਹੁਣ ਡਿੱਗ ਜਾਏਗਾ ਪਿੱਛੇ ਇੱਕ ਕੀ ਐ ਸੱਚ ਵਾਏ ਜੀ, ਜਿਹੜਾ ਰੂ ਤਾਂ ਹੈ ਬੁਰਾ ਹਾਲ ਹੈ ਦਾ ਤਾਂ, ਬੁਰਾ ਹਾਲ ਹੈ, ਰੌਂਕੀ ਦਾ ਮਾਂ ਫੇਰ ਲੋਨ ਲੱਗੀ ਰਹਿੰਦੀ ਹੈ। ਚਲ ਠੀਕ ਆ ਮੰਮੀ, ਫਿਰ ਠੀਕ ਆ ਭਈ, ਚੰਗਾ ਠੀਕ ਆ ਜੀ, ਠੀਕ ਆ ਠੀਕ ਆ ਠੀਕ ਤੇ ਉਰੇ ਬਾਈ ਜੀ ਠੀਕ ਹੋ ਕੇ ਡਿੱਗ ਜਾਏਗਾ। ਉਹ ਕੀ ਨਹੀਂ ਡਿੱਗਦਾ ਯਾਰ, ਹੁਣ ਤੂੰ ਹੀ ਮੰਗੀ ਜਦੀ ਮੋਬਾਈਲ ਤੋਂ, ਮੈਂ ਕਦੋਂ ਪੈਸੇ ਮੁੱਕ ਕੇ, ਮੈਂ ਕਦੋਂ ਕਹੇ ਹਾਂ ਪੈਸੇ, ਉਮਰ ਇੰਨੇ ਮੋਬਾਈਲ ਤੇ ਮੈਂ ਹੁਣ ਲਿਆ ਮਾਂ ਫਿਰ ਲਿਆ ਮੋਟੇ ਤੇ, ਮੈਂ ਫਿਰ ਦੁਬਾਰੇ ਗੱਲ ਉਹੀ ਦੁਬਾਰੇ ਗੱਲ ਇੱਕ ਵਾਰੀ ਨਹੀਂ ਕਿ, ਮੈਂ ਆਖਿਆ ਬਾਪੂ ਆਪਾਂ ਦਾ ਬਜ਼ੁਰਗ ਹੋਇਆ ਪਿਆ, ਕੀ ਪਤਾ ਕਈ ਵਾਰ ਬਿਮਾਰ ਹੋ ਜੇ, ਹਾਂ ਢਿੱਲ ਮੱਠ ਹੋ ਜੇ, ਔਖਾ ਹੋ ਜਾਂਦਾ, ਕੋਈ 4 ਰੁਪਏ ਹੋਣਗੇ ਭੱਜ ਕੇ ਆਪਾਂ ਹਸਪਤਾਲ ਰਾਮ ਹੋ ਠੀਕ ਤੇ ਕਰਾ ਲਾਂਗੇ, ਦਵਾਈ ਤੇ ਦਵਾ ਲਾਂਗੇ, ਕੀ ਪਤਾ ਕਈ ਵਾਰ ਚਲਾਣਾ ਕਰ ਜੇ ਫੇਰ ਔਖਾ ਹੋ ਜਾਂਦਾ। ਚੰਗੇ ਭਲਾਂ ਤੂੰ ਫਿਰ ਤੈਨੂੰ ਗੱਡੀ ਚਾੜ ਦੇ, ਹਾਂ ਉਹ ਬੇਬੇ ਵੇਲੇ ਮੈਨੂੰ ਪਤਾ ਕੋਈ ਰਿਸ਼ਤੇਦਾਰ ਕੰਮ ਨਹੀਂ, ਉਹ ਤਾਂ ਬਾਪੂ 2 ਸਾਲ ਕੱਟ ਜਾਂਦਾ, ਹੁਣ ਮਤਲਬ 6 ਮਹੀਨੇ ਨਹੀਂ ਕੱਟਨੇ ਉਹਨੇ, ਮੈਂ ਮਸਾ ਮੈਨੂੰ ਪਤਾ, ਮੈਂ ਰਿਸ਼ਤੇਦਾਰਾਂ ਤੋਂ ਮੰਗੇ, ਕਿਸੇ ਨੇ 4 ਤੋਂ ਮੰਗੇ, 2 ਨੇ ਦਿੱਤੇ ਸੀ ਪੈਸੇ, 2 ਨੇ ਜਵਾਬ ਦੇ, ਮੁੜ ਕੇ ਔਖਾ ਹੋ ਜਾਂਦਾ। ਆਈ ਫੋਨ ਕਰਿਆ ਸੀ ਕਿ ਮੈਂ ਉਹ ਐ ਨਹੀਂ, ਮੈਂ ਜਾਣਾ ਦਿਮਾਗ 'ਚ ਕੰਮ ਨਿਕਾਲ, ਮੈਂ ਪਠਾਣੇ ਜਾ ਕੇ ਆਉਂਦਾ ਸੀ। ਮੈਂ ਹੁਣ ਕੀ ਕਰਨ ਜਾਣਾ ਹੈ? ਤੂੰ ਉੱਤਨ ਤੂੰ ਆਪ ਕਹੀ ਗਈ ਆ ਬਈ ਤੂੰ ਥਾਣੇ ਨਹੀਂ ਜਾਂਦਾ, ਤੂੰ ਉਹਨਾਂ ਨੂੰ ਫੜਨ ਵਾਸਤੇ। ਅੱਛਾ ਠੀਕ, ਮੈਂ ਭੁੱਲ ਗਈ ਸੀ, ਭੁੱਲ ਗਈ ਦਿਮਾਗ 'ਚੋਂ ਗੱਲ ਨਿਕਲ ਗਈ ਸੀ। ਆਪ ਹੀ ਗੱਲ ਕਹਿ ਦਿੰਦੀ ਆ, ਮੁੜ ਕੇ ਉਹੀ ਕਰ ਦਿੰਦੀ ਆ, ਪਠਾਣੇ ਜਾਂਦਾ ਮੈਂ। ਤੂੰ ਮੱਤ ਤਾਂ ਮੇਰੀ ਮਾਰੀ ਪਈ ਐ, ਮਾਰੀ ਪਈ ਆ ਮੱਤ ਤੇਰੀ, 2 ਦਿਨ ਵਧੀਆ ਰਹੇਗੀ, ਮੈਂ ਰੀਤ ਕੋਲੇ ਲਾਇਆ ਸੀ ਜਿਹੜੇ 4 ਦਿਨ, ਆਹ ਰੀਤ ਕੋਲ ਆਏ ਐਸੀ, ਤੂੰ ਉਹਨੂੰ ਸਲਾਹ ਦੇ ਕੇ ਆਏਗੀ, ਮੋਟੇ ਦਿਮਾਗ ਦੇ ਕੇ ਆਏਗੀ। ਮੈਂ ਹੋਰ, ਮੇਰੀ ਗੱਲ ਤੂੰ ਹੀ ਲੱਗਦੇ ਤੈਨੂੰ, ਆਹੋ ਲੱਗਦੀ ਜੇ ਮੈਨੂੰ ਲੱਗਦਾ 1/2 ਘੰਟਾ ਹੋਰ ਬਹਿ ਤੇ ਮੇਰਾ ਤਾਂ ਦਿਮਾਗ ਚੱਕਦਾ ਦਾ।
ਮੈਂ ਤਾਂ ਸੌਖੀ ਰਹੀ ਚਾਰ ਦਿਨ ਤੱਕ। ਹੁਣ ਅੱਧਾ ਘੰਟਾ ਹੀ ਹੋਇਆ ਨਾ, ਬਸ ਸਾਰੀ ਉਮਰ ਮੇਰੇ ਨਾਲ ਕੱਟਤੀ ਹੈ, ਅੱਧੇ ਘੰਟੇ ਤੇਰੇ ਦਿਮਾਗ ਉਦੋਂ ਤੱਕ ਘਰ ਲਿਆਣੀ ਹੈ। ਨਹੀਂ ਭਗ ਜਾਣੀ ਬਾਬਾ ਗੁਰੂ ਉੱਠ ਕੇ ਤਾਂ ਬਾਕੀ ਨਹੀਂ। ਮੇਰਾ ਪਰਸ ਲੈ, ਬਟੂਆ ਦੇ ਕਿਤੇ ਮੇਰਾ ਦੇ ਬਟੂਆ ਨਾਲੇ ਹੋਰ, ਹੁਣ ਚੱਕ ਲਾ ਤਾ ਨਾ ਆਪ ਹੀ ਬਟੂਆ ਲੈ ਚੱਕ ਕੇ ਲਿਆ ਯਾਰ। ਅੱਧਾ ਘੰਟਾ ਹੋਰ ਪਏ ਦਿਮਾਗ ਹਿੱਲੇ, ਸਾਰੀ ਉਮਰ ਉਦੋਂ ਤੇ ਹਿੱਲਿਆ ਨੀ ਤੇਰਾ ਦਿਮਾਗ। ਤੇ ਮੈਨੂੰ ਸੱਚੀ ਗੱਲ ਕਿਉਂ ਚੁੱਭਦੀ ਆ, ਜੇ ਸੱਚੀ ਗੱਲ ਕਹਿ ਦਈਏ। ਕਹਿੰਦਾ ਜਿਹੜਾ ਕਰਦੇ ਸਾਰਿਆਂ ਤੋਂ ਪਹਿਲਾਂ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ। ਇੱਥੇ ਬੁੜੇ ਨੇ ਬਾਲ ਸਭਾ ਲਾਈ ਆ, ਸਾਰਿਆਂ ਨੂੰ ਕਹਿੰਦਾ ਸਾਰਿਆਂ ਨੂੰ ਪੈਰ ਭਰੀ ਸਤਿ ਸ੍ਰੀ ਅਕਾਲ। ਸੋਨੂੰ ਬੁਲਾਈਏ ਸਾਰਿਆਂ ਨੂੰ ਤੇ ਗੱਲ ਸੁਣ ਜੀ ਮੇਰੀ। ਮੈਂ ਮੇਰੀ ਗੱਲ ਸੁਣ ਲਾ, ਰਿਸ਼ਤੇਦਾਰੀ ਸਾਡੀ ਮੈਡਮ ਨਾਲ ਹੋ ਤੇਰੀ, ਤੇਰਾ ਮਾਮਾ ਲੱਗਦਾ ਤੂੰ, ਇੱਥੇ ਤੇਰੀ ਕੋਈ ਰਿਸ਼ਤੇਦਾਰੀ ਨਹੀਂ ਹੈਗੀ, ਬਿਨਾਂ ਪੁੱਛੇ ਨਾ ਬੈਠਿਆ ਕਰ। ਗੱਲ ਸੁਣੋ ਜੀ, ਕਈ ਵਾਰ ਨਾ ਰਿਸ਼ਤੇਦਾਰੀ ਡਾਂਗ ਨਹੀਂ ਚੱਲੀ ਹੁੰਦੀ, ਨਾ ਕੋਈ ਗੋਲੀ ਚੱਲੀ ਹੁੰਦੀ ਹੈ, ਸਿਰਫ ਨਾ ਜਵਾਨ ਚੱਲੀ ਹੁੰਦੀ ਹੈ ਤੇ ਰਿਸ਼ਤੇ ਤਲਾ ਦਿੰਦੀ ਹੈ ਤੇ ਸਾਂਝ ਖਤਮ ਹੋ ਜਾਂਦੀ ਹੈ। ਇਹਦਾ ਮਤਲਬ ਸਮਝ ਲਓ ਤੁਸੀਂ, ਮੇਰੀ ਕਹਾਵਤ ਦਾ ਮਤਲਬ ਸਮਝ ਲਓ, ਮੇਰੀ ਜਵਾਨ ਚੱਲ ਪਈ ਨਾ ਤੇ ਤੁਹਾਡੀ ਨੌਕਰੀ ਚੋਂ ਸਾਂਝ ਖਤਮ ਹੋ ਜੂਗੀ, ਇਹ ਡਰ ਕੇ ਰਿਹਾ ਕੋਲ ਮੈਥੋਂ। ਮੇਰੀ ਗੱਲ ਸੁਣ, ਆ ਜਿਹੜੀ ਤੂੰ ਗੱਲ ਕਰਦਾ ਨਾ ਸ਼ਾਇਰੀ ਜੀ ਦੀ, ਇੱਧਰ ਮੈਂ ਜਵਾਬ ਦਿੰਦਾਗਾ। ਮੇਰੀ ਗੱਲ ਸੁਣ, ਕਹਿੰਦਾ ਕੁੱਕੜ ਦਾ ਦਿੰਦਾ ਰਹੂ ਬਾਂਗਾ। ਕੁੱਕੜ ਜਾ ਫਿਰ ਅਸੀਂ ਕਰੀਏ ਗੱਲ ਤਾਂ ਸੁਣ ਲਾ ਪੂਰੀ। ਆਹ ਸੁਣਾ, ਕੁੱਕੜ ਦਾ ਦਿੰਦਾ ਰਹੂ ਬਾਂਗਾ, ਹਾਂ ਉੱਥੇ ਗੱਲਾਂ ਨਹੀਂ ਕੰਮ ਕਰਦੀਆਂ, ਜਿੱਥੇ ਚੱਲਦੀ ਇੱਕ ਸੀਟੇ ਰਾਮ ਦੀਆਂ ਡਾਂਗਾ। ਓਏ ਜੀ ਕਿਹੜੀ ਜਵਾਨ ਨਾ, ਕਹਿੰਦੇ ਆ ਇਹਦੀ ਹੱਡੀ ਨਹੀਂ ਹੁੰਦੀ ਤੇ ਹੱਡੀ ਤੜਵਾ ਦਿੰਦੀ ਆ, ਮੇਰੀ ਜਵਾਨ ਵਾਲੀ ਕਹਿੰਦੀ ਹੈ ਤੇ ਹੱਡੀਆਂ ਛੋਟੀਆਂ ਵੀ ਟੁੱਟ ਜਾਣਗੀਆਂ। ਆਹ ਗੱਲ ਤੋਂ ਮਾੜਾ ਮੋਟਾ ਕੁਝ ਸਿੱਖਣਾ ਕਿ ਜਵਾਨ ਹੱਡੀਆਂ ਤੜਾ ਦਿੰਦੀ ਹੈ, ਇੰਨਾ ਬੋਲਦਾ ਕਿਉਂ ਤੂੰ? ਮੈਂ ਉਹੀ ਤੁਹਾਡੇ ਮਤਲਬ ਕਰ ਰਿਹਾ, ਮੇਰੇ ਜਵਾਨ ਖੁੱਲ ਗਈ ਨਾ ਮੈਂ ਤੁਹਾਡੇ ਪਰਦੇ ਸਾਰੇ ਖਿਲਾ ਦਿੰਦੇ। ਮੰਨ ਲਓ ਜੇ ਕਿਸੇ ਦੇ ਗੋਲੀ ਚੱਲੀ ਹੋਵੇ, ਪਰਚਾ ਦਰਜ ਕਰਨ ਤੋਂ ਪਹਿਲਾਂ ਕੀ ਕਰਦੇ ਹੁੰਦੇ? ਬਿਆਨ ਲਿਖਦੇ ਹੁੰਦੇ, ਹੋਰ ਕੀ ਕਰਦੇ ਹੁੰਦੇ? ਹੁਣ ਤੂੰ ਸਾਨੂੰ ਸਿਖਾਉਣਾ ਤਾਂ? ਹਾਂ ਫਿਰ ਬਿਆਨ ਕਿਉਂ ਨਹੀਂ ਲਿਖੇ ਰੀਤ ਦੇ? ਸਹੀ ਗੱਲ ਆ ਹਨਾ, ਫਿਰ ਬਿਆਨ ਲਿਖੋ, ਪਰਚਾ ਦੋ ਉਹਨਾਂ ਦੇ, ਉਹ ਕਿਹੜਾ ਬਾਹਰ ਨਿਕਲ ਰਿਹਾ ਬੰਦਾ ਰਵੀ, ਉਹਨੂੰ ਅੰਦਰ ਕਰੋ। ਹੈ ਦੋ ਵਾਰੀ ਤੁਸੀਂ, ਦੋ ਵਾਰੀ ਉਹਨੇ ਕੀ ਕਰਤਾ, ਦੋ ਵਾਰੀ ਹਮਲਾ ਕਰਤਾ, ਠੀਕ ਹੈ, ਤੇ ਜੇ ਉਹਨੂੰ ਕੁਛ ਹੋ ਜਾਂਦਾ ਠੀਕ ਹੈ, ਫਿਰ ਉਹਦੇ ਲੈਣੇ ਦੇਣ ਕੌਣ ਸੀ, ਠੀਕ ਹੈ, ਜ਼ਿੰਮੇਵਾਰ ਕੌਣ ਸੀ, ਸਰਕਾਰ ਕਿ ਤੁਸੀਂ? ਠੀਕ ਹੈ, ਹੋਰ ਕੁਛ? ਹੋਰ ਕੁਛ ਨਹੀਂ, ਉੱਥੇ ਪਰਚਾ ਦਰਜ ਕਰੋ, ਬਿਆਨ ਲੈ ਕੇ ਆਓ, ਠੀਕ ਹੈ। ਹਾਂ ਨਹੀਂ, ਮੈਂ ਮੋਬਾਈਲ ਲੈ ਕੇ ਆਉਣਾ ਨਵਾਂ, ਤੇ ਮੈਨੂੰ ਅੱਜ ਹੀ ਲੈ ਕੇ ਆਉਣਾ, 5 ਲੱਖ ਕਿਹੜਾ ਮੇਰੇ ਕੋਲ ਜਮਾ ਨਾ, ਉਹਦੇ ਵਿੱਚੋਂ ਚੱਲ 1 ਲੱਖ ਰੁਪਇਆ ਕੱਟਿਆ ਜਾਊਗਾ, 4,000 ਤਾਂ 4 ਲੱਖ ਬਹੁਤ ਹੈ ਚੱਲ ਬਾਪੂ ਵਾਸਤੇ। ਹੈਂ ਪਰ ਸੋਨੂੰ ਮੈਂ ਨਹੀਂ ਬਖਸ਼ਣਾ, ਮੈਂ ਮੇਰਾ ਇਹ ਮਾੜਾ ਬਲੱਡ ਪ੍ਰੈਸ਼ਰ 200 ਹੋਇਆ ਪਿਆ ਤੇ ਮੈਂ ਬਿਮਾਰ ਹੋਇਆ ਪਿਆ, ਮੈਂ ਜ਼ਿਆਦਾ ਬੋਲ ਨਹੀਂ ਸਕਦਾ। ਹਾਂ ਮੇਰਾ ਨਜਾਇਜ਼ ਫਾਇਦਾ ਨਠਾਓ। ਨਜਾਇਜ਼ ਤੇਰਾ ਮੈਂ ਕੀ ਫਾਇਦਾ ਠਾਲਿਆ ਓਏ? ਹਾਂ ਤੁਸੀਂ ਕੰਮ ਨਹੀਂ ਕਰ ਰਹੇ, ਜੇ ਮੈਂ ਤੁਸੀਂ ਮੇਰੇ ਉਹਨੂੰ ਸਰਪੰਚ ਨੂੰ ਕਿਹਾ ਵੀ ਥਾਣੇ 'ਚ ਨਾ ਭੇਜਿਆ ਕਰ, ਹੈਂ ਤੇ ਫਿਰ ਥਾਣੇ 'ਚ ਆਉਣਾ ਮੈਂ ਕੀ ਲੈਣਾ, ਤੁਸੀਂ ਕੰਮ ਕਰੋ ਸਹੀ, ਜੇ ਕੰਮ ਕਰੋਗੇ ਸਹੀ ਮੈਨੂੰ ਕੀ ਆਉਣ ਦੀ ਲੋੜ ਹੈ, ਕੰਮ ਸਹੀ ਕਰਿਆ ਕਰੋ ਤੁਸੀਂ। ਅਸੀਂ ਤੇਰਾ ਕਹਿਣ ਦਾ ਮਤਲਬ ਕੰਮ ਗਲਤ ਕਰਦੇ ਹੈ ਤੇ ਹੋਰ ਗਲਤੀ ਕਰ ਰਿਹਾ, ਉਹ ਘਰੇ ਬਾਕੀ ਸੁੱਟ ਕੇ ਚੁੱਪਤਾ ਕਰ ਜਾ, ਜਿਵੇਂ ਚਾਬੀ ਭਰੀ ਜਾਂਦੀ ਉਹ ਬੋਲੀ ਜਾਂਦਾ, ਗੱਲ ਤਾਂ ਸੁਣ ਲੈ ਕਿਸੇ ਦੀ। ਗੱਲ ਆਏ ਆ ਜੀ, ਮੈਂ ਕੀ ਕਹਿਣਾ ਚਾਹੁੰਦਾ, ਮੈਂ ਐਂ ਕਹਿਣਾ ਬਿਆਨ ਉਸੇ ਦੀ ਲਿਖੇ ਜਾਣਗੇ ਜਦੋਂ ਬੰਦਾ ਹੋਸ਼ ਚ ਆਊਗਾ। ਬੁੜਾ ਤਾਂ ਤੇਰਾ ਪਿਆਰ ਹੈ, ਹਸਪਤਾਲ 'ਚ ਬੋਲੀਏ ਮੈਡਮ। ਬੁੜਾ ਬੁੜਾ ਤਾਸ਼ ਖੇਡਣ ਗਿਆ ਜੀ, ਬੁੜਾ ਤਾਸ਼ ਹਸਪਤਾਲ 'ਚ ਕੀ ਲੈਂਦੇ ਆ? ਉਹ ਤਾਂ ਮੈਨੂੰ ਪਤਾ, ਤੇ ਬੁੜਾ ਤੇਰਾ ਤਾਂ ਅਸੀਂ ਖੇਡਦਾ ਹੂੰ, ਕੁਛ ਕੰਮ ਕਰਦਾ ਹੁੰਦਾ ਜਿਹਨੂੰ ਤੂੰ ਕੰਮ ਲੱਗਿਆ ਹੁੰਦਾ ਇੱਥੇ ਸਾਡੇ ਕਹਿੰਦਾ ਨਾ ਸਿਰ ਖਾਂਦਾ। ਮੈਂ ਕੰਮ ਕਰਦਾ ਹੀ, ਮੈਂ ਕੀ ਕੰਮ ਕਰਦਾ ਤੂੰ? ਮੈਂ ਕਿਸਾਨ ਆ। ਕਦੇ ਨੇ ਰੋਟੀਆਂ ਪਾਟਣ ਦਾ ਕੰਮ ਕਰਦਾ? ਔਰ ਰੋਟੀਆਂ ਨਹੀਂ, ਮੈਂ ਕਣਕ ਬੀਜਦਾ, ਝੋਨਾ ਬੀਜਦਾ, ਆਲੂ ਬੀਜਦਾ, ਜੇ ਕਈ ਵਾਰੀ ਧਨੀਆ ਬੀਜਦਾ, ਆਸੇ ਪਾਸੇ ਵੱਟਾਂ ਦੇ ਸਰੋਂ ਬੀਜਨੇ। ਕਿੱਲੇ 'ਚ ਬੀਜ ਕਿੰਨਾ ਪੈਂਦਾ? ਲੈ ਕਿੱਲੇ 'ਚ ਬੀਜਦਾ ਕਿੰਨਾ ਮਰਜ਼ੀ ਪਾਲਾ, ਉਹ ਤੇਰੀ ਸਮਝ ਨਾ। ਕਵਾ ਪਾਉਣਾ ਕਿਲੋ ਪਾਲਾ, ਹਾਫ ਪਾਉਣਾ ਕਿਲੋ ਬੀਜਣਾ, 1.25 ਮਣ ਪਾਲਾ, 1.5-60 ਕਿਲੋ ਪਾਲਾ, ਉਹ ਤੇਰੀ ਸਰਦਾ ਆਪਾਂ ਕੁਆਂਟਲ ਵਾਲਾ। ਤੂੰ ਉਹ ਗੱਲ ਕਰਦੀ, ਕਹਿੰਦਾ ਮੈਂ ਬਾਜਰਾ ਵੀ ਚਲਾ ਗਿਆ, ਮੈਂ ਕਣਕ ਵੀ ਚਲਾ ਗਿਆ ਪਿਸਾਣ, ਮੈਂ ਬਾਜਰਾ ਵੀ ਚਲਾ ਗਿਆ, ਮੈਂ ਕਣਕ ਵੀ ਚਲਾ ਗਿਆ ਪਿਸਾਣ। ਓਏ ਉਹਨਾਂ ਨੇ ਫਾਹਾ ਲੈ ਲੈਣਾ ਜਿਹਨੇ ਤੈਨੂੰ ਕਹਿਤਾ ਕਿਸਾਨ।
ਯਾਰ ਤੂੰ ਉਲਟ ਯੋ ਸੋਡੀ ਸਰਦਾ ਇਹ 20 ਵੱਧ ਪਾ ਦਿੰਦੇ ਆ ਵੱਡੀ ਮਸ਼ੀਨ ਚ ਸਰਦਾ ਨੂੰ ਇੱਥੇ ਮਾਤਾ ਦਾ ਭੰਡਾਰਾ ਕਰਾਉਣਾਗਾ ਉਹ ਅਗਲਾ ਕਹਿੰਦੇ ਕੁਛ ਨਹੀਂ ਹੁੰਦਾ ਕਈ ਵਾਰੀ ਬੀਜ ਖਰਾਬ ਨਿਕਲਣਾ ਵਿੱਚੋਂ ਉੱਗਿਆ ਉੱਗਾ ਕੁਛ ਨਹੀਂ ਹੁੰਦਾ ਉਹ ਕਿਹੜਾ ਉੱਗੂਗੀ ਉਹੀ ਸਾਡੀ ਆ ਤੇ ਓਏ ਜੇ ਤੂੰ ਖੇਤੀਬਾੜੀ ਅਫਸਰਾਂ ਨਾਲ ਤੇਰੀ ਗੱਲ ਕਰਾਵਾਂ ਮੈਂ ਹਾਂ ਕਰਾ ਦਿਓ ਤੇਰੇ ਤੇ ਕਿਤਾਬ ਲਿਖਾਈ ਆ ਕਿਸਾਨ ਤਾਂ ਕਾਬਲੇ ਨੇ ਜਿਹੜੇ ਮਿਣ ਤੁਲ ਕੇ ਬੀ ਪਾਉਂਦੇ ਆ ਉਹ ਬਿਣ ਤੋਲੇ ਕੌਣ ਪਾਉਂਦਾ ਮਿਣ ਕੀ ਪਾਉਂਦੇ ਆ ਕਿਲੋ ਹਿਸਾਬ ਨਹੀਂ ਪੈਂਦਾ ਹੁੰਦਾ ਵੀ 60 ਕਿਲੋ ਪਾ ਦੇ 50 ਕਿਲੋ ਪਾ ਦੇ ਸਵਾ ਮਣ ਪਾ ਦੇ ਉਹਦੇ ਆਲਾ ਕਹਿੰਦੇ ਯਾਰ ਚੱਲ ਬੀ ਵਧੀਆ ਚੱਲ ਪਾ ਦੇ ਕਈ ਵਾਰੀ ਹੁਣ ਸਰਦਾ ਵਿੱਚ ਬੀ ਨਹੀਂ ਮਰੇ ਹੁੰਦੇ ਆ ਕਈ ਟੁੱਟ ਹੋ ਜਾਂਦੇ ਮੈਨੂੰ ਤਾਂ ਨਹੀਂ ਲੱਗਦਾ ਤੂੰ ਬੋਲਣ ਤੋਂ ਬਿਨਾਂ ਕੋਈ ਹੋਰ ਕੰਮ ਕਰਦਾ ਹੋਏਗਾ ਉਹ ਸਾਡਾ ਕੰਮ ਹੀ ਇਹੀ ਆ ਜੀ ਮੇਨ ਗੱਲ ਜੀ ਮੈਂ ਸਾਡੇ ਨੂੰ ਕੌਣ ਕੌਣ ਇੱਥੇ ਮੈਂ ਇਕੱਲਾ ਤੂੰ ਇੱਥੇ ਆਇਆ ਕੌਣ ਇੱਥੇ ਉਹ ਗੱਲ ਸੁਣੋ ਜੀ ਜਨਾਬ ਜੀ ਮੈਂ ਇੱਥੋਂ ਬਾਹਲਾ ਬੋਲਿਆ ਨਹੀਂ ਜਾਂਦਾ ਜੀ ਮੈਂ ਤਕਲੀਫ ਉਹ ਬੋਲ ਬੋਲ ਤਾਂ ਤੂੰ ਰਗਾ ਬਿਠਾ ਦੇਣਾ ਨੇ ਮੂਹਰੇ ਦਿਮਾਗ ਖਿਲਾ ਦੇਣਾ ਮੈਂ ਕਿੱਥੇ ਬੋਲਿਆ ਯਾਰ ਇਹਦੇ ਵਿੱਚ ਬੋਲਣਾ ਕਹਿੰਦੇ ਮੈਂ ਜਵਾਂ ਨਹੀਂ ਬੋਲਿਆ ਜੀ ਮੇਰਾ ਕੰਮ ਇਹ ਆ ਮੈਂ ਤੁਹਾਨੂੰ ਇਹ ਸਮਝਾਉਣਾ ਆ ਜਾ ਕੇ ਰੀਤ ਦੇ ਘਰੇ ਜਾਓ ਤੇ ਬਿਆਨ ਲਿਖ ਕੇ ਆਓ ਬਿਆਨ ਲਓਗੇ ਤੇ ਫੇਰ ਹੀ ਪਰਚਾ ਦਓਗੇ ਫੇਰ ਹੀ ਅੰਦਰ ਬਣਨਗੇ ਅੰਦਰ ਰਹਿਣਗੇ ਫੇਰ ਹੀ ਸੁੱਖ ਸ਼ਾਂਤੀ ਆਊ ਸਾਡੇ ਪਰਿਵਾਰ ਨੂੰ ਗੱਲ ਸੁਣ ਲਾ ਮਾਮਿਆਂ ਪਟਿਆ ਪਜਾਮਿਆਂ ਹੁਣ ਰੀਤ ਨੂੰ ਹੋਸ਼ ਆ ਗਿਆ ਹਾਂ ਆ ਗਿਆ ਫੇਰ ਜੇ ਉਹ ਸਾਹਿਬ ਫੇਰ ਛੁੱਟੀ ਦਿੱਤੀ ਇਹਨਾਂ ਨੂੰ ਉਹ ਜੇ ਉਹ ਸੀ ਨਾ ਛੁੱਟੀ ਕਿਵੇਂ ਦਿੰਦਾ ਡਾਕਟਰ ਓਹੋ ਯਾਰ ਤੂੰ ਤਾਂ ਦਿਮਾਗ ਵਾਲਾ ਖਾਨਾ ਉਹ ਭਰਾਵਾ ਅਸੀਂ ਜਾਵਾਂਗੇ ਹਾਂ ਕਦੋਂ ਜਾਵਾਂਗੇ ਜੇ ਤੇ ਇੱਕ ਵਾਰੀ ਹੋਰ ਹਮਲਾ ਕਰਤਾ ਉਹਨੇ ਉਹ ਭੁੱਲੇ ਫਿਰਦੇ ਆ ਦੋ ਵਾਰੀ ਸੱਚਾ ਹਸਪਤਾਲ 'ਚ ਹਮਲਾ ਕਰਤਾ ਉਹਨਾਂ ਨੇ ਉਹ ਮੈਨੂੰ ਸਭ ਪਤਾ ਯਾਰ ਮੇਰੀ ਫੋਨ ਤੇ ਗੱਲ ਹੁੰਦੀ ਆ ਹੁਣ ਸਿਕਿਉਰਟੀ ਦੇ ਦਿੱਤੀ ਮੈਡਮ ਨੂੰ ਹੋਰ ਦੱਸ ਕੀ ਕਰੀਏ ਹੁਣ ਸਿਕਿਉਰਟੀ ਕਿਹਨੇ ਦਿੱਤੀ ਮੈਂ ਦਿੱਤੀ ਹੋਰ ਕਿਹਨੇ ਦਿੱਤੀ ਆ ਕਿਹਨੂੰ ਦਿੱਤਾ ਸਿਕਿਉਰਟੀ ਕੀ ਚੀਜ਼ ਹੁੰਦੀ ਆ ਠੀਕ ਹੀ ਚੀਜ਼ ਹੁੰਦੀ ਆ ਹੁਣ ਤੈਨੂੰ ਸਿਕਿਉਰਟੀ ਦੱਸਾਂ ਹਾਂ ਵਿਸਤਾਰ ਨਾਲ ਉਹ ਦਿੱਤੀ ਆ ਉਹ ਜੀ ਉਹ ਕੀ ਕਹਿੰਦੇ ਉਹ ਇੱਕ ਪ੍ਰੂਫ ਜੀ ਵਾਲੀ ਹੁੰਦੀ ਆ ਉਹ ਜੈਕਟ ਜੀ ਬੁਲਟ ਪ੍ਰੂਫ ਆ ਉਹ ਦਿੱਤੀ ਆ ਕਿਉਂ ਬਾਰਡਰ ਤੇ ਲੜਨਾ ਇੱਥੇ ਜਾ ਕੇ ਤੇ ਹੋਰ ਕੀ ਸਿਕਿਉਰਟੀ ਕਾ ਦਿੱਤੀ ਆ ਕਦੇ ਕਣਕ ਕਣਕ ਸੱਟਣ ਗਿਆ ਕਿਸੇ ਫੈਕਟਰੀ 'ਚ ਮੈਂ ਕੀ ਲੈਣਾ ਯਾਰ ਮੈਂ ਦਿਹਾੜੀਆਂ ਕਰਦਾ ਹੀ ਨਹੀਂ ਮੈਂ ਦਿਹਾੜੀਆਂ ਕਰੂ ਮਾਰ ਖਾਨਾ ਗੱਲ ਮੈਂ ਜਾਣਾ ਸਿੰਘੂ ਬਾਰਡਰ ਤੇ ਜੀ ਹਾਂ ਉਹ ਸਿੰਘੂ ਬਾਰਡਰ ਤੇ ਨਾ ਵਾ ਜੀ ਓਏ ਉੱਥੇ ਤੇਰੇ ਕਿਸਾਨਾਂ ਨੇ ਚਪੇੜਾਂ ਲਾਉਣੀਆਂ ਤੂੰ ਬੋਲਦਾ ਬਹੁਤ ਆ ਫਿਰ ਰੱਖ ਬੋਲਣ ਕਰਕੇ ਮੈਨੂੰ ਮੂਰੇ ਬੁਲਾਇਆ ਹੋਇਆ ਪ੍ਰਧਾਨ ਆ ਮੈਂ ਬੋਲੂਗਾ ਲੋਕਾਂ ਨੂੰ ਕਹੂੰਗਾ ਵੀ ਆਹ ਕੰਮ ਐਵੇਂ ਕਰੋ ਸਾਰਾ ਕੁਝ ਦੱਸਣਾ ਸੀ ਮੈਂ ਉਹ ਤਾਂ ਤੇਰੀ ਗੱਲ ਸੀ ਮੈਂ ਆ ਤੁਹਾਨੂੰ ਜ਼ੁਕਾਮ ਨਾ ਹੋਏ ਮੈਂ ਜਰਨਾ ਚੰਗਾ ਸਤਿ ਸ੍ਰੀ ਬਿਆਨ ਲਿਖ ਦਿਓ ਜੀ ਕੋਈ ਲਿਖ ਦਾਂਗੇ ਪਰਾਂ ਸਣਕਰ ਨਲੀ ਜਾਂ ਨਲੀ ਜੋ ਚੜ ਜਾ ਇਹ ਸਾਰਾ ਬੜਿਆ ਨਾ ਪਤਾ ਨਹੀਂ ਕਿੱਧਰੋਂ ਆ ਜਾਂਦਾ ਚਾਬੀ ਭਰ ਕੇ ਸਾਰੀ ਪੜਾਸ ਕੱਢ ਜਾਂਦਾ ਇੱਥੇ ਇੰਨੇ ਜੋਗੜਾ ਸਮਝ ਰੱਖਿਆ ਸਾਨੂੰ ਯਾਰ ਵੀ ਇੱਥੇ ਬਸ ਬੋਲੂਗਾ ਤੇ ਇੱਥੇ ਆ ਕੇ ਸਾਡੀ ਸੁਣ ਕੇ ਵਗ ਜਾਣਗੇ ਕੀ ਯਾਰ ਇਹਦਾ ਵੀ ਸਾਰਾ ਹੀ ਪਿਆ ਜਮਾ ਚੱਲ ਜੇ ਰਾਜਾ ਹੱਥ ਨੇ ਮੈਡਮ ਦੇ ਬਿਆਨ ਲਿਖ ਕੇ ਲਿਆਈਏ ਹਨਾ ਹੋਰ ਕਾਰਵਾਈ ਸ਼ੁਰੂ ਕਰਨੀ ਪਊ ਸਰਪੰਚ ਸਾਹਿਬ ਤਾਂ ਨਹੀਂ ਚਸ ਕਰਦੇ ਨੀਗੇ